ਜਸਟਿਸ ਦੇਖ ਰਹੇ ਤੁਸੀਂ ਮੈਂ ਕੇਪੀ ਸੇਟੂ ਦਾ ਪੁਆਇੰਟ ਤੇ ਤੁਹਾਡਾ ਸਵਾਗਤ ਕਰਦਾ ਪੰਜਾਬ ਦੇ ਸ਼ਰਾਬਕਾਂਡ ਤੇ ਸਿਆਸਤ ਹੋਜੀ ਤਪੀਆ ਕੇ ਖੁਦ ਕਾਂਗਰਸ ਦੇ ਘਰ ਵਿੱਚ ਫੁੱਟ ਪੈ ਗਿਆ ਅੰਦਰੂਨੀ ਕਲੇਸ਼ আর ਜਕਚਰ ਹੋ ਗਿਆ ਪ੍ਰਤਾਪ ਸਿੰਘ ਬਾਵਾ ਤੇ ਸ਼ਮਸ਼ੇਸ ਗੰਦੂਲੋ ਤੁਹਾਨੂੰ ਨੇ ਮੋਰਚਾ ਖੋਲ ਦਿੱਤਾ ਐਸੋ ਸਾਡੇ ਨਾਲ ਸ਼ਮਸ਼ੇਸ ਗੰਦੂਲੋ ਖੁਦ ਮੌਜੂਦ ਹੋਣ ਕੇ ਸਾਡਾ ਸਵਾਲ ਇੱਕੋ ਹੀ ਹੋਵੇਗਾ ਦੂਲੋ ਦੇ ਦਿਲ ਵਿੱਚ ਕੀ شمشیر سنگھ دولو ਸਾਡਾ ਖੁਦ ਮਿਹਰਬਾਨ ਹੈਗੇ ਸ਼ਮਸ਼ੇਰ سنگھ ਦولو ਸਾਭਾ ਦਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤੇ ਮੌਜੂਦਾ ਰਾਜ ਸਭਾ ਮੈਂਬਰ ਨੇ ਸ਼ਮਸ਼ੇਰ سنگھ ਦولو ਸਰ ਬਹੁਤ ਸਵਾਗਤ ਹੈ ਸਰ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਸਰ ਜਿਹੜੀ ਤੁਸੀਂ ਹੁਣ ਮੋਰਚਾ ਖੋਲ੍ਹਿਆ ਵਿਆ ਜਿਹੜੀ ਮੋਹਮ ਤੁਸੀਂ ਆਰੰਭੀ ਵੀ ਹੈ ਇਹ ਪੁੱਛਿਆ ਜਾ ਰਿਹਾ ਪਹਿਲਾ ਸਵਾਲ ਕਿ ਸ਼ਮਸ਼ੇਰ ਸਿੰਘ ਦولو ਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ ਤਾਕਤ ਨਹੀਂ ਹੈ ਤਾਕਤ ਹੈ ਕਿ ਸਿਰਫ ਉੱਪਰ ਗਵਾਂਡੀ ਤਾਕਤਾਂ ਜਾਂ ਸਚਾਈ ਤੇ ਖੜੇ ਹੈ ਜਾਂ ਪੰਜਾਬ ਦੇ ਜਿਹੜੇ ਲੋਕਾਂ ਨੂੰ ਬਚਾਉਣ ਵਾਸਤੇ ਪੰਜਾਬ 'ਚ ਜੋ ਮਾਫੀਆ ਰਾਜ ਚੱਲ ਰਿਹਾ ਹੈ ਇਹਦੀ ਇਹਦੇ ਅਗੇਂਸਟ ਅਸੀਂ ਆਵਾਜ਼ ਉਠਾ ਰਹੇ ਹਾਂ ਸ਼ਮਸ਼ੀਰ ਸਿੰਘ ਦੁੱਲੋਹਰ ਨੂੰ ਤਕਲੀਫ ਪੰਜਾਬ ਦੇ ਲੋਕਾਂ ਦੀ ਹੈ ਜਾਂ ਕਪਟਨ ਮਨਦਰ ਸਿੰਘ ਤੋਂ ਤਕਲੀਫ ਹੈ ਦੇਖੋ ਕਿ ਤਕਲੀਫ ਕਿਸੇ ਦੇ ਕਿਸੇ ਦੇ ਖਿਲਾਫ ਨਹੀਂ ਹੈ ਨਾ ਨਾ ਕੋਈ ਪਰਸਨਲ ਹੈ ਉਹਨਾਂ ਨਾਲ ਕਿਉਂਕਿ ਕਾਂਗਰਸ ਪੰਜਾਬ ਇਹ ਪੰਜਾਬ ਦੇ ਵਿੱਚ ਇਲੀਗਲ ਜਿਹੀਆਂ ਡਿਸਟਿਲੀਆਂ ਪਕੜੀਆਂ ਗਈਆਂ ਸ਼ਰਾਬ ਜਿਹੜੀਆਂ ਸ਼ਰਾਬ ਆਫੀਆ ਬੜਾ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਇਸ ਲਈ ਉਹਦੇ ਓਏ ਪੰਜਾਬ ਦੀ ਦੀ ਪੰਜਾਬ ਦੀ ਸਰਕਾਰ ਜਿਹੜੀ ਹੈ ਕਾਂਗਰਸ ਦੇ ਨਾਂ ਤੇ ਚੱਲ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਸ਼ਾਖ ਨੂੰ ਬਚਾ ਸਕੀਏ ਇਸ ਲਈ ਸੀਐਮ ਸਾਹਿਬ ਉਹਨਾਂ ਨੇ ਗੁੱਟਕਾ ਚਾਕੇ ਇਹ ਸੌਂ ਖਾਧੀ ਸੀ ਕਿ ਪੰਜਾਬ ਦੇ ਵਿੱਚ ਮੈਂ ਡਰਗ ਨੂੰ ਕਰਾਪਸ਼ਨ ਨੂੰ ਔਰ ਅਮਪਲਾਇਮੈਂਟ ਕਹੀ ਉਹਨਾਂ ਨੇ ਗੁੱਟਕਾ ਕਰਕੇ ਸੌਂ ਖਾਧੀ ਸੀ ਇਸ ਯੋਗਦਾਨ ਨੂੰ ਯਾਦ ਕਰਾਉਂਦੇ ਨੇ ਗਾਇਬ ਗਾਇਬ ਕਾਬਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਇਹ माफिया राज है माफिया सरकार में चाहे वो केवल महफियां चाहे ड्रग है चाहे माइन है चाहे, चाहे लीगल माफिया इनन से कंट्रोल करना दूलो साहब ਤੁਸੀਂ ਖੁਦ ਪ੍ਰਧਾਨ ਵੀ ਰਹੇ ਹੋ ਜਿਹੜੇ ਮੌਜੂਦਾ ਪ੍ਰਧਾਨ ਹੈਗੇ ਤੁਹਾਡੇ ਸੂਬੇ ਦੇ ਉਹ ਇਹ ਕਹਿੰਦੇ ਪਿਆ ਕਿ ਚਾਰ ਗਨ ਮੈਂ ਲੈਣ ਦੇ ਲਈ ਤੁਸੀਂ ਸਾਰੇ ਤਰਲੋ ਮੱਛੀ ਹੋਏ ਪਏ ਹੋ ਹੋਰ ਤੁਹਾਡਾ ਕੋਈ ਇਰਾਦਾ ਨਹੀਂ ਹੈਗਾ ਕੋਈ ਮਕਸਦ ਨਹੀਂਗਾ ਮੇਰੇ ਕੋਲ ਤਾਂ ਚਾਰ ਨਹੀਂ ਹੈ ਤਿੰਨ ਤਿੰਨ ਗਨਮੈਨ ਕਰਨ ਮੈਂ ਨਹੀਂ ਉਹ ਕਹਿੰਦਾ ਚਾਰ ਹੋਰ ਲੈਣੇ ਆ ਮੈਸਾ ਜ਼ਿੰਦਗੀ ਚ ਨਹੀਂ ਮੈਂ ਹਾਲਾ ਕਿ ਮੈਂ ਮੰਗੇ ਹੱਤਬਾਦ ਮੇਰੇ ਤੇ ਹੱਤਬਾਦੀਆਂ ਦੇ ਵੀ ਹਮਲੇ ਹੋਏ ਨੇ ਸਭ ਕੋ ਹੋਏ ਨੇ ਕਿਉਂਕਿ ਮੇਰੇ ਨਾਲ ਤਾਂ ਭਗਵਾਨ ਖੜਦਾ ਹੈ ਮੈਨੂੰ ਗਨਮੈਨ ਦੀ ਜ਼ਰੂਰਤ ਨਹੀਂ ਹੈ ਇਹ ਜਿਹਨਾਂ ਨੂੰ ਆਪ ਗਨ ਇਹ ਆਪੇ ਦਾਸਤਵੇ ਸਨੀਰ ਜਾ ਖੜ ਵੀ ਇਹਦੇ ਕੋ ਕਿੰਨੇ ਗਨਮੈਨ ਨੇ ਇਹ ਕਿ ਹਲਮਾਨਾ ਦੀ ਫੌਜ ਹੈ ਨਾ ਕੋ ਮੇਰੇ ਕੋ ਤਾਂ ਤਿੰਨ ਨੇ ਸਾਰੇ ਹੀ ਉਹ ਤਾਂ ਹੋਰ ਵੀ ਕਹਿੰਦੇ ਆ ਕਿ ਜੇ ਤੁਸੀਂ ਐਕਸਾਈਜ਼ ਮਿਨਿਸਟਰ ਸੀਗੇ ਜਿਹੜਾ ਤੁਹਾਡੇ ਤੇ ਕੇਸ ਬਣਿਆ ਸੀਗਾ گورنر ਸਾਹਿਬ ਨੇ ਤੁਹਾਡੀ ਜਾਨ ਬਚਾਈ ਸੀ ਇਹ ਜਾਖੜ ਸਾਹਿਬ ਕਹਿ ਰਹੇ ਆ ਇਹਦੇ ਬਾਰੇ ਕੋਈ ਜਾਣਨਾ ਪਾਉਂਗੇ ਸਰ ਇਹ 92 ਤੋਂ 96 ਦਾ ਜ਼ਿਕਰ ਹੋ ਰਿਹਾ ਮੈਨੇ ਬਚਾ ਸਵਾਲ ਇਹ ਹੈ ਜਿਹੜਾ ਜਿਹੜਾ ਆਦਮੀ ਸਚਾਈ ਦੇ ਨਾਲ ਖੜਾ ਹੈ ਸਚਾਈ ਲੜ ਰਿਹਾ ਹੈ ਮਾਫੀਆ ਦੇ ਖਿਲਾਫ ਹੈ ਕ腐ਸ਼ਨ ਦੇ ਖਿਲਾਫ ਹੈ ਇਸ ਲਈ ਸਾਡੇ ਸਾਾਨੂੰ ਕੋਈ ਸਾਡੀ ਕੋਈ ਬਦਸਤ ਕਰ ਸਕਦਾ ਹੈ ਹੈ ਅਸੀਂ ਤਾਂ ਮੇਰੇ ਮੇਰੇ ਖਿਲਾਫ ਅਸਟਰੀਆ ਬਿਜਿਲੈਂਸ ਆਈ ਹੈ ਔਰ ਮੈਂ ਮੈਂ ਹੁਣ ਵੀ ਕਹਿੰਦਾ ਇਹ ਕਿ ਅਸੀਂ ਤਾਂ ਲੋਕਾਂ ਦੇ ਨਮਾਇੰਦੇ ਹੈ ਲੋਕਾਂ ਲਈ ਲੜਦੇ ਹੈ ਲੋਕਾਂ ਦੇ ਹਿਤਾ ਲਈ ਕਾਂਗਰਸ ਨੂੰ ਬਚਾਉਣ ਦੀ ਗੱਲ ਕਰਦੇ ਆ ਦੂਲੋ ਸਾਹਿਬ ਕਾਂਗਰਸ ਨੂੰ ਬਚਾਉਣ ਵਾਸਤੇ ਤੁਸੀਂ देर ਨਾਲ ਮੈਦਾਨ ਵਿੱਚ ਆਏ ਹੋ ਬਹੁਤ देर ਨਹੀਂ ਹੋ ਗਈ ਦੇਖੋ ਕਾਂਗ ਕਾਂਗਰਸ ਨੂੰ ਮਾਰਨ ਵਾਲੇ ਕਾਂਗਰਸ ਨੂੰ ਬਦਨਾਮ ਕਰਨ ਵਾਲੇ ਡਿਫਰੈਂਟ ਪਾਰਟੀਆਂ ਚੋਂ ਚੋ ਲੋ ਪੀਪ ਚੋਂ ਆ ਗਿਆ ਕੋਈ ਕਾਲੀਦਾਰ ਚੋਂ ਆ ਗਿਆ ਕੋਈ ਪ੍ਰੋਫੈਸ਼ਨਲ ਬਿਜ਼ਨਸਮੈਨ ਆ ਗਿਆ ਕੋਈ ਮਿਲਟੈਂਟ ਆ ਗਿਆ ਉਹ ਆ ਕੇ ਉਹਨਾਂ ਨੇ ਪੰਜਾਬ ਦੇ ਵੇ ਬੇਚਾ ਆਪਣਾ ਕਾਬੂ ਕਰ ਲਿਆ ਕਾਂਗਰਸ ਪਾਰਟੀ ਨੂੰ ਇਹ ਮਿਲਿਟੈਂਟ ਕਿਹੜੇ ਆਦੁੱਲ ਸਾਹਿਬ ਬਾਕੀ ਤਾਂ ਮੈਂ ਸਮਝ ਗਿਆ ਜਿਹੜੇ ਤੁਸੀਂ ਇਸ਼ਾਰੇ ਕਰ ਰਹੇ ਹੋ ਇਹ ਮਿਲਿਟੈਂਟ ਕੌਣ ਹੈ ਇਹਦੇ ਮਿਲਿਟੈਂਟ ਜਿਹੜੇ ਜਿਹੜੇ 9-9 ਸਾਲ 8-8 ਸਾਲ ਜ਼ਿਲ੍ਹਾ ਚ ਰਹਿ ਕੇ ਆਏ ਨੇ ਜੋਧਪੁਰ ਜ਼ਿਲ੍ਹਾ ਚ ਰਹਿ ਕੇ ਆਏ ਨੇ ਔਰ ਮਿਲਿਟੈਂਸੀ ਨਾਲ ਔਰ ਲੋਟ ਲੋਟਣਾ ਕਰੋੜਾਂ ਪਤਾ ਰੁਪਏ ਬਣਾਏ ਨੇ ਉਹ ਅੱਜ ਐਮਐਲਏ ਬਣੀ ਫਿਰਦੇ ਨੇ ਸਰ ਕਿਹੜੇ ਆ ਕਾਂਗਰਸ ਕਿਹੜੇ ਬੰਦੇ ਇਹ ਖੁੱਲ ਕੇ ਨਾਮ ਦੱਸੋ ਨਾ ਇਸ ਤੱਕ ਸਾਰਿਆਂ ਨੂੰ ਪਤਾ ਦੁਲਸਾ ਮੈਨੂੰ ਨਹੀਂ ਪਤਾ ਨਾ ਦੁਲਸਾ ਮੈਨੂੰ ਨਹੀਂ ਪਤਾਗਾ ਮੈਂ ਜਾਨਣਾ ਚਾਹੁੰਦਾ ਕਿ ਕਿਹੜੇ ਨਾਮ ਹੈ ਸਾਡੀ ਸਾਡੀ ਵੀ ਜਾਣਕਾਰੀ ਜਿਵਾਦਾ ਹੋ ਜਾਵੇ ਸਰ ਜੀਨਾਂ ਦਾ ਜੀਨਾਂ ਦਾ ਪਛੋਕੜਾ ਤਵਾਦ ਨਾ ਰਿਹਾ ਖਾਲਸਤਾਨ ਆ ਰਿਹਾ ਹੈ ਜਿਹੜੇ ਖਾਲਸਤਾਨ ਮੰਗਦੇ ਰਹੇ ਆ ਉਹ ਅੱਜ ਕਾਂਗਰਸ ਦੇ ਵਿੱਚ ਨੇ ਮੋਦੀ ਨੇ ਦੁੱਲੂ ਸਾਹਿਬ ਨਾਮ ਲੈਣ ਤੋਂ ਕਿਉਂ ਘਬਰਾ ਰਹੇ ਹੋ ਤੁਸੀਂ ਤਾਂ ਇੰਨੇ ਪ੍ਰਾਣੇ ਸਿਆਸਤਦਾਨ ਹੋ ਤੁਸੀਂ ਤਾਂ ਖੁੱਲ੍ਹ ਕੇ ਗੱਲ ਕਰਦੇ ਹੋ ਇੰਨੇ ਸਾਲਾਂ ਤੋਂ ਦੁੱਲੂ ਸਾਹਿਬ ਮੈਂ ਤੁਹਾਨੂੰ ਸੁਣਦਾ ਨਹੀਂ ਨਹੀਂ ਤੁਹਾ ਉਸਾ ਉਸਾ ਤੁਹਾਨੂੰ ਵੀ ਪਤਾ ਹੈ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਪੰਜਾਬ ਦੇ ਲੋਕ ਜਾਣਦੇ ਨੇ ਦੁੱਲੂ ਸਾਹਿਬ ਐ ਇਉਂ ਲੱਗਦਾ ਪਿਆ ਕਿ ਲੜਾਈ ਸ਼ਰਾਬ ਕਾਂਡ ਤੇ ਹੋਣੀ ਚਾਹੀਦੀ ਸੀ ਜ਼ਹਿਰੀਲੀ ਸ਼ਰਾਬ ਦੇ ਵਿੱਚ ਇਨਸਾਫ਼ ਦਿਵਾਉਣਾ ਚਾਹੀਦਾ ਸੀਗਾ ਤੁਸੀਂ ਸਰ ਆਪਦਾ ਹੀ ਸਾਰੇ ਕਲੇਸ਼ ਪਾ ਕੇ ਬੈਠੇ ਹੋ ਗੱਲੇ ਦੇਖੋ 100 ਜੇ ਜੇ ਸੀਐਮ ਸਾਹਿਬ ਸਾਡੇ ਕਿੱਟੀਆਂ ਦੇ ਉੱਤੇ ਸਾਡੇ মিডিਆ ਦੇ ਰਾਹੀਂ ਉਹਨੂੰ ਅਸੀਂ ਅਸੀਂ ਉਹਦੇ ਸचेत ਕਰਦੇ ਰਹੇ ਆ ਜੇ ਜੇ ਸੀਐਮ ਸਾਹਿਬ ਟਾਈਮਲੀ ਸਬਕ ਨਾਲਾਂ ਦੇ ਖਿਲਾਫ ਐਕਸ਼ਨ ਲੈ ਲੈਂਦੇ ਤਾਂ 112 ਬੰਦੇ ਨਾ ਮਰਦੇ ਔਰ ਅਜੇ 300 ਬੰਦਾ ਜਿਹੜਾ ਹਸਪਤਾਲਾਂ ਚ ਪਿਆ ਤੇ ਘਰਾਂ ਚ ਪਿਆ ਸ਼ਰਾਬ ਜ਼ਹਿਰ ਜ਼ਹਿਰ ਪੀ ਕੇ ਇਸਾ ਮਾਰ ਗਏ ਉਹ ਰੋਜ਼ ਮਾਰਨਗੇ ਉਹਦੇ ਦੀ ਜ਼ਿੰਮੇਵਾਰ ਕੌਣ ਆਸੀ ਕਹਿ ਰਿਹਾ ਉਹਨਾਂ ਨੂੰ ਪਕੜੋ ਦੁੱਲ੍ਹਾ ਸਾਹਿਬ ਜ਼ਿੰਮੇਵਾਰ ਦੁੱਲ੍ਹਾ ਸਾਹਿਬ ਪੰਜਾਬ ਪੁਲਿਸ ਦੇ ਮਾਫੀਆ ਦੇ ਦੁੱਲ੍ਹਾ ਸਾਹਿਬ ਪੰਜਾਬ ਦੇ ਵਿੱਚ ਮਾਫੀਆ ਤੁਸੀਂ ਕਹਿ ਰਹੇ ਹੋ ਹੈਗਾ ਇਹ ਮਾਫੀਆ ਸਰ ਕੌਣ ਚਲਾ ਰਿਹਾ ਹੈ ਦੇਖੋ ਇਹ ਜਿਹੜਾ ਜਿਹੜਾ ਕੋਈ ਵੀ ਕੋਈ ਵੀ ਇਲੈਗਲ ਕੰਮ ਹੈ ਇਹ ਬਿਨਾ ਬਿਨਾ ਪੋਲੀਟੀਕਲ ਪ੍ਰੋਟੈਕਸ਼ਨ ਤੋਂ ਨਹੀਂ ਚੱਲ ਸਕਦੇ ਇਹ ਸਭ ਅਗਰਗਰ ਪੋਲੀਟੀਸ਼ੀਅਨ ਆਰ ਪੁਲਿਸ ਦਾ ਨੈਕਸਸ ਹੈ ਇਹ ਨੈਕਸਸ ਜੇ ਜੇ ਸੀ ਜੇ ਮੁੱਖ ਮੰਤਰੀ ਸਾਹਿਬ ਤੋਂ ਉੜਨਦੇ ਤਾਂ ਪੰਜਾਬ 'ਚ ਇਹ ਜਿਹੜੀਆਂ ਜਾਣਾਂ ਬਸ ਸਕਦੀਆਂ ਹੀਆਂ ਦੂਲਤ ਸਾਹਿਬ ਤੁਸੀਂ ਇਲਜ਼ਾਮ ਬੜੇ ਵੱਡੇ ਲਾ ਰਹੇ ਹੋ ਦੂਲਤ ਸਾਹਿਬ ਇਹ ਮਹਿਕਮੇ ਕੈਪਟਨ ਰਿੰਸੇਂ ਕੋਲੇ ਖੁਦ ਹੈ एक्सरसाइज ਵਾਲਾ محکمہ ਉਹਨਾਂ ਕੋਲ ਹੈ ਸਰ ਗ੍ਰਹਿ ਮੰਤਰੀਓ ਨੇ ਪੁਲਿਸ ਵਾਲਾ محکمہ ਉਹਨਾਂ ਕੋਲ ਹੈ ਪੋਲੀਟੀਸ਼ੀਨ ਉਹ ਖੁਦ ਹੈ ਗਿਆ ਕੈਬਨਟ ਉਹਨਾਂ ਦਾ ਕੰਮ ਕਰਦੀ ਹੈ ਤੁਸੀਂ ਸਿੱਧਾ ਕੈਪਟਨ ਰਣ ਸਿੰਘ ਨੂੰ ਕਿਟਾਰੇ 'ਚ ਖੜਾ ਕਰ ਰਹੇ ਹੋ ਕਿ ਨੈਕਸਸ ਉਹ ਚਲਾ ਰਿਹਾ ਹੈ ਤੁਸੀਂ ਇਹ ਇਲਜ਼ਾਮ ਲਾ ਰਹੇ ਹੋ ਦੇਖੋ ਉਹ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਹੋਲੀ ਸੋਲੀ ਸੋਲੀ ਉਹ ਜ਼ਿੰਮੇਵਾਰ ਨੇ ਜਦੋਂ ਉਹਨਾਂ ਨੂੰ ਗਾਹੇ ਬਗਾਹੇ 2017 ਤੋਂ ਲੈ ਕੇ ਅਸੀਂ ਰਵਾਈਂਡ ਕਰਾਉਣੀ ਹੈ ਮੀਂਹਾਂ ਦੇ ਵਿੱਚ ਵੀ ਮਾਫੀਆ ਲੀਕਰ ਮਾਫੀਆ ਸਾਇਨ ਮਾਫੀਆ ਡਰਗ ਮਾਫੀਆ ਟੇਵਲ ਮਾਫੀਆ ਟਰਾਂਸਪੋਰਟ ਲੈਂਡ ਕਰਾਈਪਰ ਇਹ ਇਹ ਸਰਕਾਰ ਨੇ ਪੰਜਾਬ ਚ ਇਹਨਾਂ ਤੇ ਨੱਥ ਪਾਓ ਤੁਸੀਂ ਤੁਸੀਂ ਗੁੱਟਕਾ ਖਾ ਖੱਕ ਚੱਕ ਤੇ ਸੌਹਾ ਖਾਦੀਆਂ ਤੁਸੀਂ ਧੋਖਾ ਨਾ ਦਿਓ ਗੁਰੂਆਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਸਰ ਕੈਪਟਨ ਸਾਹਿਬ ਆਫਤਨੀ ਮਾਫੀਆ ਚਲਾ ਰਹੇ ਉਹਨਾਂ ਦੀ ਆਪਦੀ ਹਿੱਸੇਦਾਰੀ ਤਾਂ ਨਹੀਂ ਉਹਨਾਂ ਦੀ ਉਹਨਾਂ ਦੀ ਜੁਮੇ ਵਖੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਬਸ ਸਾਰੀ ਚੀਜ਼ ਮਨਿਸਟਰ ਜਿਹੜਾ ਜਿਹੜਾ ਰੂਲ ਕਰਦਾ ਹੈ ਉਹਦਾ ਫਰਜ਼ ਬਣਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਰੋਕੇ ਚਲੋ ਮੈਂ ਮੈਂ ਇੱਕ ਛੋਟਾ ਬ੍ਰੇਕ ਲੈ ਲਾਂ ਦੁਲਦ ਸਾਹਿਬ ਮੈਂ ਵਾਪਸ ਆਉਂਗਾ ਤੁਹਾਡੇ ਕੋਲ ਹੋਰ ਵੀ ਸਵਾਲ ਲੈਣੇ ਆ ਮੈਂ ਸਵਾਲ ਇਹ ਹੋਣਗੇ ਕਿ ਰਾਜਪਾਲ ਕੋਲੇ ਜਾਂਦੇ ਆ ਬਾਜਵਾ ਸਾਹਿਬ ਤੇ ਦੁਲਦ ਸਾਹਿਬ ਰਾਜਪਾਲ ਕੋ ਜਿਹੜੀ ਉਹ ਡਿਮਾਂਡ ਕਰਦੇ ਆ ਉਹ ਡਿਮਾਂਡ ਕਾਂਗਰਸ ਪਾਰਟੀ ਇਹ ਮੰਨਦੀ ਹੈ ਕਿ ਉਹਨਾਂ ਨੇ ਪਾਰਟੀ ਵਿਰੋਧੀ ਗਤੀ ਦੇ ਵਿੱਚ ਹਿੱਸਾ ਲਿਆ ਤੇ ਇਹਨਾਂ ਨੂੰ ਇਥੋਂ ਤੱਕ ਕਿ ਗद्दार ਵੀ ਕਿਹਾ ਜਾ ਰਿਹਾ ਹੈ। ਮੈਂ ਤੁਹਾਨੂੰ ਵਾਪਸ ਆ ਕੇ ਇਹ ਸਵਾਲ ਹੋਵੇਗਾ ਜਰੂਰ। ਇੱਕ ਵਾਰ ਫਤਿਹਵਾੜਾ ਸਵਾਲ ਕਰਦੇ ਹਾਂ ਸ਼ਮਸ਼ੇਸਨ ਦੁੱਲੋ ਜੀ ਸਾਡਾ ਮੌਜੂਦ ਹੈਗੇ ਸ਼ਮਸ਼ੇਸਨ ਦੁੱਲੋ ਸਾਹਿਬ ਸਰ ਤੁਹਾਨੂੰ ਗद्दार ਕਿਹਾ ਜਾ ਰਿਹਾ ਹੈ ਕੀ ਜਵਾਬ ਦੋਗੇ? ਜੀ। ਦੁੱਲੋ ਸਾਹਿਬ ਤੁਹਾਨੂੰ ਗद्दार ਕਿਹਾ ਜਾ ਰਿਹਾ ਪਾਰਟੀ ਦੇ ਕੁਝ ਆਗੂ ਕੁਝ ਆਗੂ ਵੱਲੋਂ ਕੀ ਜਵਾਬ ਦੋਗੇ? ਗੱਲ ਹੈ ਜੇ ਇਹ ਜਿਹੜੇ ਕਹਿਣ ਵਾਲੇ ਪਤਾ ਲੱਗੇ ਉਹ ਤਾਂ ਦੇਖੋ ਅੱਧੀ ਕੈਬਨਿਟ ਤਾਂ ਅਕਾਲੀ ਦਲ ਤੋਂ ਆਈ ਹੈ ਪੀਪੀ ਤੋਂ ਆਈ ਹੈ ਕੋਈ ਹਾਥੀ ਚੋਂ ਆਇਆ ਕੋਈ ਕਿਤੋਂ ਆਇਆ ਇਹ ਕਰੋੜਾਪਤੀ ਲੋਕ ਨੇ ਇਹਨਾਂ ਦੇ ਮਾਫੀਆ ਨਾਲ ਲਿੰਕ ਨੇ ਮਨੇਜ ਕਰਕੇ ਟਿਕਟਾਂ ਲੈ ਗਏ ਇਹ ਇਹ ਤਾਂ ਇਹ ਆਪਦਾਲ ਪਾਸ ਨੂੰ ਆ ਅਸੀਂ ਤਾਂ ਕਾਂਗਰਸ ਦਾ ਮੈਂ ਫਾਊਂਡਰ ਮੈਂਬਰ ਹਾਂ ਇਸ ਰੱਖ ਕੇ ਇਹ ਗੱਲ ਜਿਹੜੇ ਆਪ ਕਰਤਾਰ ਨੇ ਉਹ ਉਹਨਾਂ ਨੂੰ ਗਜ਼ਾਰੇ ਦਿਖ ਦੇਂਦੇ ਨਹੀਂ ਦੂਲੋ ਸਾਹਿਬ ਇਨਾ ਲੰਮਾ ਪੈੜਾ ਤੁਸੀਂ ਤੈ ਕੀਤਾ ਸਿਆਸਤ ਦਾ ਸ਼ੰਸ਼ੇਸ਼ ਸਿੰਘ ਦੂਲੋ ਸਰ ਤੁਸੀਂ ਪ੍ਰਤਾਪ ਸਿੰਘ ਬਾਜਵਾ ਹਰਨ ਨਾਲ ਤੁਹਾਡਾ ਜਾਣਾ ਕੋਈ ਮਜਬੂਰੀ ਹੈ ਜਾਂ ਪ੍ਰਤਾਪ ਸਿੰਘ ਬਾਜਵਾ ਨਾਲ ਜਾਣਾ ਜ਼ਰੂਰੀ ਹੈ ਤੁਸੀਂ ਇਕੱਲੇ ਏਡੇ ਵੱਡੇ ਲੀਡਰ ਹੋ ਦੂਲੋ ਸਾਹਿਬ ਮੈਂ ਦੇਖੋ ਗੱਲ ਇਹ ਹੈ ਕਿ ਮੈਂ ਇਹ ਖੰਨੇ ਹੱਲੇ ਦੇ ਵਿੱਚ 6 ਪੰਜਾਬ ਇੱਕ ਖਲਨੇ ਦੀ ਡਿਸਟਰੀ ਦੀ ਫੜੀ ਗਈ ਪਟਿਆਲੇ ਚ ਫੜੀ ਗਈ ਪੰਜਾਬ ਚ 6 ਡਿਸਟਰੀਆਂ ਪੜੀਆਂ ਉਹਦੇ ਬਾਰੇ ਅਰੇ ਮੈਂ ਸੀ ਮਨਿਸਟਰ ਸਾਹਿਬ ਨੂੰ ਲੈਟਰ ਲਿਖਿਆ ਤੇ ਇਹ ਡਿਸਟਰੀਆਂ ਚਲਾਉਣ ਵਾਲੇ ਕੌਣ ਨੇ ਕਿਹੜੇ ਜ਼ਿੰਮੇਵਾਰ ਨੇ ਜੀ ਜੀ ਕੌਣ ਜ਼ਿੰਮੇਵਾਰ ਹੈ ਇਹ ਡਿਸਟਰੀਆਂ ਕਿਹਨੇ ਲਾਈਆਂ ਕਨੈਕਸ਼ਨ ਲਿਆ ਇਹ ਕਰੋਨਾ ਕਰੋਨਾ ਦੇ ਪਲਾਟ ਲੱਗੇ ਨੇ ਸੀਐਮ ਸਾਹਿਬ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਕਹੋ ਸੀਐਮ ਸਾਹਿਬ ਕਹਿੰਦੇ ਨੇ ਕਿ ਮੈਂ ਇਹਨਾਂ ਦੀਆਂ ਚਿੱਠੀਆਂ ਤੇ ਮੈਂ ਇਹਨਾਂ ਨੂੰ ਅਕਨੋਲਡਜ ਨਹੀਂ ਕਰਦਾ ਨਾ ਮੈਂ ਗੌਰਦਾ ਇਸ ਲਈ ਅਸੀਂ ਗਵਰਨਰ ਕੋਲ ਨੂੰ ਗਏ ਆ ਸਰ ਗਵਰਨਰ ਕੋਲੇ ਕੀ ਕਹਿ ਕੇ ਆਏ ਹੋ ਕੀ ਗੱਲ ਹੋਈ ਹੈ ਤੁਹਾਡੀ ਸਾਨੂੰ ਤਾਂ ਬਾਰੇ ਪਤਾ ਨਹੀਂ ਕਿ ਪੰਜਾਬ ਦੇ ਜੀ ਜੀ ਦੇ ਵਿੱਚ ਜੇ ਟਾਈਮਲੀ ਐਕਸ਼ਨ ਲਿਆ ਜਾਂਦਾ ਮੁੱਖ ਮੰਤਰੀ ਸਰਕਾਰ ਟਾਈਮ ਹੀ ਤਾਂ ਇਹ 112 ਬੰਦੇ ਕਤਲ ਨਾ ਹੁੰਦੇ ਇਹ ਜੀ ਸስተਤ ਕਰੋ ਸਰਕਾਰ ਨੂੰ ਜਗਾਓ ਇਹ ਮਾਫੀਆ ਜਿਹੜਾ ਰੂਲ ਚੱਲ ਰਿਹਾ ਪੰਜਾਬ ਤੇ ਨੂੰ ਆ ਮਾਫੀਆ ਦੇ ਖਿਲਾਫ ਐਕਸ਼ਨ ਲੈਣੀ ਚਾਹੀਦੀ ਹੈ ਸਰਕਾਰ ਨੂੰ ਤਨੂੰ ਸੀਬੀਆਈ ਜਾਂਚ ਤੇ ਭਰੋਸਾ ਦੁੱਲਸਾ ਕਿਉਂਕਿ ਸੀਬੀਆਈ ਜਾਂਚ ਅਸੀਂ ਤਾਂ ਮੰਗੀ ਹੈ ਕਿ ਇਹ ਇੰਟਰ ਸਟੇਟ ਸਮਗਲਿੰਗ ਹੋਈ ਆ ਪੰਜਾਬ ਦੀ ਸ਼ਰਾਬ ਜਿਹੜੀ ਐ ਹਿਮਾਚਲ ਚ ਗਈ ਰਾਜਸਥਾਨ ਗਈ ਹਰਿਆਣਾ ਚ ਗਈ ਜੰਮੂ ਕਸ਼ਮੀਰ ਚ ਗਈ ਇਸ ਕਰਕੇ ਪੰਜਾਬ ਦੀ ਜਿਹੜੀ ਸਿੱਟਾ ਜਾਂ ਜਿਹੜੀ ਇਹਨਾਂ ਨੇ ਕੋਈ ਇਨਵੈਸਟੀਗੇਸ਼ਨ ਇਹ ਪੰਜਾਬ ਚ ਨਹੀਂ ਕਰ ਸਕਦੇ ਦੂਸਰੇ ਸੂਬਿਆਂ ਚ ਕਰ ਲਈ ਸੀ ਵੀਆਈ ਕਪੀਟੈਂਟ ਹੈ ਸਰ सीबीआई ਤੇ ਜਿਹੜਾ ਤੁਸੀਂ ਇਹ ਲੌਜੀਕ ਦਿੱਤਾ ਤੁਹਾਡਾ ਲੌਜੀਕ ਆਪਣੇ ਤੌਰ ਤੇ ਸਹੀ ਹੋਵੇਗਾ ਦੂਸਰੋਂ ਸ ਪਰ सीबीआई ਤੇ ਤੁਹਾਡੇ ਵੱਖੋ-ਵੱਖਰੇ ਸਟੈਂਡ ਰਹਿੰਦੇ ਆ ਬੇਅਦਵੀ ਮਾਮਲੇ ਵਿੱਚ ਤੁਸੀਂ ਲੋਕ ਕਹਿੰਦੇ ਹੋ ਕਿ सीबीआई ਜਾਂਚ ਨਹੀਂ ਹੋਣੀ ਚਾਹੀਦੀ ਸਾਡੀ ਪੰਜਾਬ ਪੁਲਿਸ ਸਮਰੱਥ ਹੈ ਇਸ ਮਾਮਲੇ ਵਿੱਚ ਤੁਸੀਂ ਕਹਿੰਦੇ ਹੋ ਕਿ ਇੰਟਰ ਸਟੇਟ ਕਨੈਕਸ਼ਨ ਹੈਗਾ ਇਸ ਲਈ ਸਾਨੂੰ सीबीआई ਜਾਂਚ ਚਾਹੀਦੀ ਹੈ ਦੇਖੋ सीबीआई ਦੀ ਜਾਂਚ ਜਿਹੜੀ ਆ ਮੁਖਮਸਣੀ ਨੇ ਭੇਜੀ ਹੈ ਅਸੀਂ ਨਹੀਂ ਭੇਜੀ ਇਹ ਇਹ सीबीआई ਜਾਂਚ ਪਹਿਲਾਂ ਕਰ ਰਹੀ ਸੀ ਔਰ ਆਹ ਅਸੀਂ ਅਸੀਂ ਇਹ ਜਿਹੜਾ ਬੇਆਦਬੀ ਦਾ ਮਾਮਲਾ ਹੈ ਇਹ ਅਸੀਂ ਰਾਤ ਸਵਾ 2:00 ਚੱਕਿਆ ਔਰ 100 ਰੁਪਏ ਚ ਦੇ ਰਹੇ ਔਰ ਬੀਆਏਡੀ ਵੀ ਦੇ ਮਾਮਲੇ 'ਚ ਮੁੱਖ ਮੰਤਰੀ ਨੂੰ ਵੀ ਕਹਦੇ ਰਹੇ ਆ ਕਿ ਜਿਨ੍ਹਾਂ ਨੇ ਬੇਆਦਬੀ ਕੀਤੀ ਆ ਗੁਰੂ ਆ ਦੀ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਪਰ ਅਜੇ ਤੱਕ ਐਕਸ਼ਨ ਨਹੀਂ ਲਿਆ ਸੀ ਆ ਮਸਾਵੇ ਸਰ ਇੱਕ ਤੁਹਾਡੇ ਆਮ ਤੌਰ ਤੇ ਪ੍ਰਚਲਿਤ ਹੈ ਕਿ ਅ ਅਕਾਲੀ ਭਾਜਪੀ ਤੇ ਕਾਂਗਰਸ ਜਾਂ ਕੈਪਟਨ ਸਾਹਿਬ ਤੇ ਬਾਦਲ ਪਰਿਵਾਰ ਫ੍ਰੈਂਡਲੀ ਮੈਚ ਖੇਡਦੇ ਪਏ ਆ ਤੁਹਾਨੂੰ ਓਹ ਲੱਗਦਾ ਇਹ ਚਰਚਾ ਬੇਮਾਨਾ ਜਾਂ ਹੈ ਸੱਚੀ ਹੈ ਚਰਚਾ ਦੇਖੋ ਇਹ ਤਾਂ ਲੋਕਾਂ ਚ ਚਰਚਾ ਹੈ ਬਾਕੀ ਇਹਨਾਂ ਨੂੰ ਪੁੱਛ ਲਓ ਤੁਸੀਂ ਆਪ ਨਹੀਂ ਤੁਹਾਨੂੰ ਫ੍ਰੈਂਡਲੀ ਮੈਚ ਲੱਗਦਾ ਸਰ ਕਿ ਨਹੀਂ ਨਹੀਂ ਇਹਨਾਂ ਤੋਂ ਦੇਖੋ ਇਹਨਾਂ ਨੂੰ ਤੁਸੀਂ ਇਹ ਜਵਾਲ ਸਾਹਿਬ ਸੀਐਮ ਨੂੰ ਪੁੱਛੋ ਉਹ ਦੱਸ ਸਕਦਾ ਹੈ ਅ ਦੋਲੋ ਸਾਹਿਬ सीएम साहब नु ਤੁਸੀਂ ਮਿਲਦੇ ਹੋ ਪਹਿਲਾਂ ਕਦੇ ਮਿਲੇ ਹੋ ਇਸ ਤੋਂ ਪਹਿਲਾਂ ਜਦੋਂ ਜਦੋਂ ਮੀਟਿੰਗ ਹੁੰਦੀ ਆ ਬੁਲਾਉਂਦੇ ਆ ਮੈਂ ਜਾਨਣਾ ਆ ਜਿਹੜੀਆਂ ਅੱਜ ਜਿਹੜੀ ਆ ਮਾਫੀਆ ਦੇ ਖਿਲਾਫ ਸ਼ਿਕਾਇਤਾਂ ਮੈਂ ਮੈਂ ਮੀਟਿੰਗ 'ਚ ਰੱਖੀਆਂ ਨੇ ਪਰਸਨਲੀ ਉਹਨਾਂ ਦੇ ਸਾਹਮਣੇ ਰਿਟਰਨ ਰਿਟਰਨ ਦਿੱਤੀਆਂ ਨੇ ਤੇ ਤੁਹਾਡੇ ਕਾਂਗਰਸੀ ਦੇ ਸਰ ਇਹ ਕਹਿੰਦੇ ਆ ਕਿ सीएम साहब ਨੂੰ ਮਿਲਣਾ ਬੜਾ ਔਖਾ ਇਫੇਰ ਤੁਸੀਂ ਤਾਂ ਮਿਲਦੇ ਰਹੇ ਹੋ ਤੁਸੀਂ ਮਿਲ ਕੇ ਸਾਰੀਆਂ ਗੱਲਾਂ ਕੀਤੀਆਂ ਨਹੀਂ ਨਹੀਂ ਮੈਂ ਦੇਖੋ ਇਹ ਕਹਿ ਰਿਹਾ ਕਿ ਜਦੋਂ ਸੀਐਮ ਮੀਟਿੰਗ ਬੁਲਾਉਂਦਾ ਐ ਐਮਐਲਏ ਦੀ ਐਮ ਐਮ ਪੀ ਦੀ ਉਹਨੂੰ ਜਾਣਦੇ ਆ ਉਹ ਤਾਂ ਤੁਹਾਨੂੰ ਪਸਾਈ ਹੈ ਵੀ ਮਿਲਣਾ ਬੜਾ ਔਖਾ ਹੈ ਸਰ ਕੌਣ ਮਿਲ ਕੋ ਨਹੀਂ ਦਿੰਦਾਗਾ ਦੁੱਲੂ ਸਾਹਿਬ ਇਹ ਤਾਂ ਉਹੀ ਜਾਣਦੇ ਨੇ ਤੁਸੀਂ ਇਹ ਸਰ ਪਹਿਲਾਂ ਵੀ ਪ੍ਰਧਾਨ ਰਹੇ ਹੋ ਉਦੋਂ ਵੀ ਤੁਹਾਡਾ ਮੈਂ 2005 ਦਾ ਜੇ ਮੈਨੂੰ ਦੌਰ ਯਾਦ ਕਰਾ ਦੁੱਲੂ ਸਾਹਿਬ ਲੁਧਿਆਣਾ ਦੇ ਵਿੱਚ ਇੱਕ ਰੈਲੀ ਸੀਗੀ ਉਦੋਂ ਹੀ ਤੁਹਾਡਾ ਆਪਸ ਵਿੱਚ ਬਹੁਤ ਰੋਲਾ ਪਿਆ ਸੀਗਾ ਤੇ ਰੈਲੀ ਮੁਲਤਵੀ ਤਾਂ ਕਰਨੀ ਪੈਗੀ ਸੀ ਦੂਲੋ ਸਾਹਿਬ ਯਾਦ ਹੈ ਤੁਹਾਨੂੰ ਕਿ ਭੁੱਲ ਗਏ ਨਹੀਂ ਨਹੀਂ ਕੋਈ ਰੈਲੀ ਕੋਈ ਮੁਲਤਵੀ ਨਹੀਂ ਹੋਈ ਹਾਂ ਕੋਈ ਉਹ ਔਰ ਬਾਤ ਬੜੀ ਰੈਲੀ ਹੋਈ ਹੈ ਐਸੀ ਗੱਲ ਨਹੀਂ ਆ ਕੋਈ ਮੁਲਤਵੀ ਨਹੀਂ ਰੈਲੀ ਹੋਈ ਸਤ ਤਰੀਕ ਚੇਂਜ ਕਰਨੀ ਪੈਗੀ ਸੀ ਦੂਲੋ ਸਾਹਿਬ ਦੂਲੋ ਸਾਹਿਬ ਤਰੀਕ ਚੇਂਜ ਕਰਨੀ ਪਈ ਸੀ ਉਦੋਂ ਤੁਸੀਂ ਪ੍ਰਧਾਨ ਸੀਗੇ ਮੈਨੂੰ ਯਾਦ ਨਾ ਕੋਈ ਨਾ ਕੋਈ ਚੇਂਜ ਨਹੀਂ ਹੋਈ ਰੈਲੀ ਹੋਈ ਹੈ ਔਰ ਉਸ ਵਾਰ ਮਿਲਦੇ ਸਾਹਮਣੇ ਹੋਈ ਹੈ ਇਹ ਸਰ ਉਦੋਂ ਦਾ ਪੁਰਾਣਾ ਕਲੇਸ਼ ਆ ਤੁਹਾਡਾ ਕੈਪਟਨ ਸਾਹਿਬ ਨਾਲ ਜਾਂ ਕੁਝ ਇਹ ਇਹ ਮੁੱਦਾ ਨਵਾਂ ਆ ਜਾਂ ਕਲੇਸ਼ ਪੁਰਾਣਾ ਕੀ ਹਿਸਾਬ ਹੈ ਮੈਨੂੰ ਸਾਰਾ ਸਮਝਾ ਦਿਓ ਸਰ ਕੋਈ ਪਰਸਨਲੀ ਮੈਂ ਅਸੀਂ ਉਹਨਾਂ ਦੀ ਇੱਜ਼ਤ ਕਰਦਾ ਹਾਂ ਰਿਸਪੈਕਟ ਕਰਦਾ ਹਾਂ ਮੈਨੂੰ ਤਾਂ ਉਹ ਉਮਰ ਚ ਬੜੇ ਨੇ ਸਵਾਲ ਇਹ ਹੈ ਪੰਜਾਬ ਚ ਲੋਕਾਂ ਨੇ ਸਾਨੂੰ ਸਰਕਾਰ ਬਣਾ ਕੇ ਦਿੱਤੀ ਆ ਮਾਫੀਆ ਦੇ ਖਿਲਾਫ ਅਸੀਂ ਵਾਦਾ ਕੀਤਾ ਲੋਕਾਂ ਨਾਲ ਉਹ ਵਾਦਾ ਯਾਦ ਕਰਾਉਨੇ ਆ ਸੀਐਮ ਸਾਹਿਬ ਨੂੰ ਕਿ ਅਸੀਂ ਗੋਠਕਾਰਾਂ ਚੱਕ ਕੇ ਸਹਾ ਖਾਦੀਆਂ ਅਸੀਂ ਮਾਫੀਆ ਖਤਮ ਕਰੀਏ ਅਸੀਂ ਬੇਰੋਜ਼ਗਾਰ ਬੇਰੋਜ਼ਗਾਰੀ ਖਤਮ ਕਰੀਏ ਕਿਸਾਨਾਂ ਦੇ ਮਸਲੇ ਸ਼ੁਰੂਕਾਰਾਂ ਦੇ ਮਸਲੇ ਇਹ ਕਈ ਮਸਲੇ ਪੰਜਾਬ ਦੇ ਨੇ ਵੀ ਉਹ ਪੂਰੇ ਕਰੋ ਅਸੀਂ ਉਹ ਪਗਾਏ ਪਗਾਏ ਰਮਾਇਣੇ ਕਰਾਉਨੇ ਆ ਦੁੱਲੂ ਸਾਹਿਬ ਸਰ ਕੈਪਟਨ ਰਮਿੰਦਰ ਸਿੰਘ ਤੁਸੀਂ ਕਹਿੰਦੇ ਹੋ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਹੋ ਤੁਸੀਂ ਚੰਗੀ ਗੱਲ ਹੈ ਜੀ ਤੁਸੀਂ ਕਹਿ ਰਹੇ ਹੋ ਮੇਰੇ ਤੋਂ ਉਮਰ ਚ ਵੱਡੇ ਐ ਇਹ ਵੀ ਚੰਗੀ ਗੱਲ ਹੈ ਦੋਲੇ ਸਾਹਿਬ ਪਰ ਸਵਾਲ ਇਹ ਹੈਗਾ ਕਿ ਬਤੌਰ ਸਿਆਸਤਦਾਨ ਕੈਪਟਨ ਰਮਿੰਦਰ ਸਿੰਘ ਤੁਹਾਨੂੰ ਪਸੰਦ ਕਿਉਂ ਨਹੀਂ ਲੀਕ ਸਾਲ ਨੂੰ ਕੋਈ ਦੇਖੋ ਬਹੁਤ ਅچھے ਖੂਬਸੂਰਤ ਨੇ ਚੰਗੀ ਹੈ ਪਰਸਨੈਲਿਟੀ ਹੈ ਸਵਾਲ ਇਹ ਵੀ ਅਸੀਂ ਪੰਜਾਬ ਦੀ ਜਿਹੜੀ ਲੋਕਾਂ ਦੀ ਆਵਾਜ਼ ਹੈ ਜੋ ਅਸੀਂ ਬਾਜ਼ੇ ਕੀਤੇ ਐ ਅਸੀਂ 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 ਕੋਠੀ ਅਸੀਂ ਬੜੀ ਬੜੀਆਂ ਕੋਠੀਆਂ ਚ ਬੰਦਰ ਨਹੀਂ ਰਹਿੰਦੇ ਅਸੀਂ ਲੋਕਾਂ ਚ ਰਹਨੇ ਆ ਲੋਕਾਂ ਚ ਜਾਣਨੇ ਆ ਪਿੰਡਾਂ ਚ ਜਾਣਨੇ ਆ ਪਿੰਡਾਂ ਚ ਜੋ ਮਹਿਸੂਸ ਕਰਦੇ ਆ ਪਿੰਡਾਂ ਦੇ ਲੋਕ ਜੋ ਸਾਨੂੰ ਕਹਿੰਦੇ ਨੇ ਅਸੀਂ ਗਰਾਉਂਡ ਦੇ ਬੰਦੇ ਆ ਉਹ ਉਹ ਅਸੀਂ ਉਹਨਾਂ ਨੂੰ ਕਹਿੰਦੇ ਆ ਉਹ ਕੇਸ਼ੀਮ ਸਾਹਿਬ ਤੁਸੀਂ ਪੰਜਾਬ ਬਰ ਧਿਆਨ ਦੋ ਪੰਜਾਬ ਦੀਆਂ ਪ੍ਰੋਬਲਮਾਂ 'ਤੇ ਧਿਆਨ ਦੋ ਔਰ ਪੰਜਾਬ ਨਾਸੀ ਪੰਜਾਬ ਦੇ ਲੋਕਾਂ ਨਾਲ ਅਸੀਂ ਗੁਰੂਆਂ ਨਾਲ ਵੀ ਧੋਖਾ ਕਰਦੇ ਆਂ ਪੰਜਾਬ ਦੇ ਲੋਕਾਂ ਨਾਲ ਵੀ ਨਹੀਂ ਤੁਸੀਂ ਕਹਿ ਰਹੇ ਹੋ ਕਿ ਸੀਐਮ ਸਾਹਿਬ ਪੰਜਾਬ ਵੱਲ ਧਿਆਨ ਦੋ ਸੀਐਮ ਸਾਹਿਬ ਦਾ ਧਿਆਨ ਕਿੱਥੇ ਹੈ ਵਸੇ ਪੰਜਾਬ ਵੱਲ ਨਹੀਂ ਹੈਗਾ ਦੋਲੋ ਸਾਹਿਬ ਕਿ ਕਹੋ ਇਹ ਮੁੱਖ ਮੰਤਰੀ ਜਿਹੜਾ ਹੁੰਦਾ ਹੈ ਡੈਮੋਕ੍ਰੇਸੀ ਚ ਮੁੱਖ ਮੰਤਰੀ ਮੁੱਖ ਮੰਤਰੀ ਉਹ ਹੁੰਦਾ ਜਿਹੜਾ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਸ਼ਾਮਲ ਹੋਵੇ ਲੋਕਾਂ ਦੀਆਂ ਪ੍ਰੋਬਲਮਾਂ ਹੱਲ ਕਰੇ ਹਾ ਮੀਨ ਦੇ ਸਰਵਾਰ ਲਾਵੇ ਲੋਕਾਂ ਨੂੰ ਮਿਲੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰੇ ਇਹ ਮੈਂ ਸਮਝਦਾ ਮੁੱਖ ਮੰਤਰੀ ਦੇ ਤੌਰ ਤੇ ਨਹੀਂ ਕੰਮ ਕਰਦੇ ਇਹ ਇੱਕ ਇਹ ਇੱਕ ਫਿਊਡਲ ਦੇ ਤੌਰ ਤੇ ਕੰਮ ਕਰਦੇ ਨੇ ਚਲੋ ਇੱਕ ਹੋਰ ਛੋੜਿਆ ਬ੍ਰੇਕ ਲ ਲਮਾ ਦੂ ਲੋ ਸਭ ਵਾਪਸ ਆ ਰਹੇ ਆ ਤੁਹਾਡੇ ਕੋਲ ਹੋਰ ਸਵਾਲ ਵੀ ਲੈਣੇ ਆ ਹਾਲਾਂਕਿ ਕਈ ਸਵਾਲ ਗੱਲਾਂ ਬਾਤਾਂ ਵਿੱਚੋਂ ਨਿਕਲਦੇ ਆ ਤੇ ਕੁਝ ਮੈਨੂੰ ਸਵਾਲ ਉੱਚੀ ਵੀ ਕਰਨੇ ਪੈ ਰਹੇ ਆ ਦੂ ਲੋ ਸਭ ਤੱਕ ਆਵਾਜ਼ ਨਹੀਂ ਜਾ ਰਹੀ ਆ ਪਰ ਦੂ ਲੋ ਸਭ ਦੀ ਆਵਾਜ਼ ਸਰਕਾਰ ਤੱਕ ਇੰਨੀ ਪਹੁੰਚਦੀ ਪਈ ਆ ਤੇ ਹਾਈ ਕਮਾਂਡ ਤੱਕ ਇੰਨੀ ਪਹੁੰਚਦੀ ਪਈ ਆ ਤੇ ਜਿਹੜਾ ਸਵਾਲ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਵਿਰੋਧੀ ਧਿਰਾਂ ਤੱਕ ਕਿੰਨੀ ਆਵਾਜ਼ ਪਹੁੰਚਦੀ ਪਈ ਆ ਸਵਾਲੇ ਵੀ ਆ ਬ੍ਰਿਕ ਤੋਂ ਵਾਪਸ ਆ ਰਹੇ ਜੀ ਸੇ ਸੇ ਧੁੱਲੋ ਸਾਡੇ ਨੰਬਰ ਉੱਤੇ ਆ ਗਿਆ ਦੁੱਲੋ ਸਾਹਿਬ ਸਰ ਮੈਂ ਆਵਾਜ਼ ਦੀ ਗੱਲ ਕੀਤੀ ਸੀ ਤੁਹਾਡੀ ਤੁਹਾਡੀ ਆਵਾਜ਼ ਸਰ ਹਾਈ ਕਮਾਂਡਸ ਹੁੰਦੀ ਪਈ ਆ ਜੇ ਕੈਪਟਨ ਸਾਹਿਬ ਤਾਂ ਤੁਸੀਂ ਕਹ ਰਹੇ ਨਹੀਂ ਸੁਣਦੇ ਪਏ ਲੱਖੋ ਨਾਲੇ ਨੋਟਿਸ ਅਸੀਂ ਲਿਆਉਂਦੇ ਰਹੇ ਕਾਹੇ ਵਗਾਹੇ ਪਿਛਲੇ ਜਾਂਤਾ ਹਾਂ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਉਹਦੇ ਚ ਮਿਲੀਦਾ ਹੈ ਮਿਲ ਕੇ ਸਾਰੇ ਪੰਜਾਬ ਦੇ ਹਾਲਾਤ ਦੱਸੀ ਦੇ ਨੇ ਦੱਸੀ ਦੇ ਨੇ ਐਸੀ ਗੱਲ ਨਹੀਂ ਆ ਸਰ ਮੈਂ ਪਹਿਲਾਂ ਸ਼ੁਰੂ ਚ ਸਵਾਲ ਕੀਤਾ ਜੀ ਤੁਹਾਡੇ ਪਿੱਛੇ ਤਾਕਤ ਕਿਸ ਦੀ ਹੈ ਤੁਸੀਂ ਕਹਿੰਦੇ ਹਾਈ ਕਮਾਂਡ ਨੂੰ ਗਾਹ ਵਗਾਏ ਮਿਲਦੇ ਰਹਿੰਨੇ ਆ ਹੁਣ ਚਰਚਾ ਵੀ ਛਿੜ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਨਾਲ ਮੱਧ ਪ੍ਰਦੇਸ਼ ਰਾਜਸਥਾਨ ਹੋਰ ਹਿੱਸਿਆਂ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਸਾਰਾ ਕੁਝ ਕੀਤਾ ਹੈਗਾ ਇਹ ਵੀ ਚਰਚਾ ਛੇੜ ਰਹੀ ਹੈ ਕਿ ਤੁਹਾਨੂੰ ਥੋੜੀ ਬੀਜੇਪੀ ਦੀ ਤਾਕਤ ਵੀ ਹੈਗੀ ਤੁਹਾਡੇ ਨਾਲ ਇਸ ਵਿੱਚ ਕੋਈ ਸੱਚ ਹੈ ਦੁਲਸਾ ਜੀ ਗਾਲੇ ਹੈ ਕਿਪੀ ਸਾਹਿਬ ਮੈਨੂੰ ਕੋਈ ਜ਼ਰੂਰਤ ਨਹੀਂ ਕਰ ਸਕਦਾ ਆਪੋਜੀਸ਼ਨ ਦਾ ਬੰਦਾ ਕਿਉਂਕਿ ਮੈਂ ਫਾਊਂਡਰ ਮੈਂਬਰ ਹੈ ਕਾਂਗਰਸ ਦਾ ਇੰਦਰਾ ਗਾਂਧੀ ਜਰਨੇਟ ਜਦੋਂ ਕਾਂਗਰਸ ਬਣਾਈ ਮੈਂ ਮਿਊਸਪਲ ਕਮੇਟੀ ਘਰਨੇ ਦਾ ਪ੍ਰਧਾਨ ਹੁੰਦਿਆ ਦਿੱਲੀ ਜਾ ਕੇ ਜੁਆਇਨ ਕੀਤਾ ਸੀ ਇਸ ਕਰਕੇ ਇਹ ਜਿਹੜੀ ਤਾਕਤ ਹੈ ਮੇਰੀ ਤਾਕਤ ਮੇਰਾ ਮਾਨ ਹੈ ਮੇਰੀ ਜ਼ਮੀਰ ਹੈ ਜੇ ਪੰਜਾਬ ਚ ਕਾਂਗਰਸ ਨੂੰ ਟਾਮ ਲੱਗਦੀ ਹੈ ਤਾਂ ਮੈਂ ਬੋਲ ਰਿਹਾ ਕਾਂਗਰਸੀ ਕਾਂਗਰਸ ਨੂੰ ਦੀ శాఖ ਨੂੰ ਟੱਕਾ ਲੱਗ ਰਿਹਾ ਹੈ ਕਾਂਗਰਸ ਦੀ ਬਦਨਾਮੀ ਹੋ ਰਹੀ ਹੈ ਇਹ ਇਹ ਮੇਰੀ ਜ਼ਮੀਰ ਮੇਰੀ ਤਾਕਤ ਹੈ ਪਰ ਸਾਰੀ ਕੈਬਨਿਟ ਹੈ ਕੈਪਟਨ ਮਰਿੰਦਰ ਸਿੰਘ ਸੁਨੀਲ ਜਾਖੜ ਹਰੀ ਹੈ ਸਾਰੇ ਤੁਹਾਡੇ ਵਿਰੁੱਧ ਕਿਉਂ ਹੋ ਜਾਂਦੇ ਫਿਰ ਸਰ ਇਨੀ ਤਾਕ ਜੇ ਤੁਹਾਡੀ ਇਨੀ ਇਮਾਨਦਾਰੀ ਆ ਤੁਸੀਂ ਕਹਿੰਦੇ ਹੋ ਜਿਸ ਤਰੀਕੇ ਨਾਲ ਤੁਸੀਂ ਫਾਊਂਡਰ ਮੈਂਬਰ ਹੋ ਇਹਨਾਂ ਕੰਮ ਕੀਤਾ ਫਿਰ ਤੁਸੀਂ ਕਹਿੰਦੇ ਹੋ ਕਿ ਕੱਲ ਦੇ ਆਏ ਜਵਾਕ ਆ ਜਿਹੜੇ ਉਹ ਮੈਨੂੰ ਮੈਨੂੰ ਮੇਰਾ ਅਸਤੀਫਾ ਮੰਗਣਗੇ ਜਾਂ ਮੈਨੂੰ ਬਾਹਰ ਕੱਢਣ ਦੀ ਗੱਲ ਕਰਨਗੇ ਜਿੱਥੋਂ ਜਿੱਥੋਂ ਤੱਕ ਜਿੱਥੋਂ ਤੱਕ ਕੈਬਨਟ ਇਹ ਕੈਬਨਟ ਦਾ ਸਵਾਲ ਹੈ ਇਹ ਅੱਜ ਤਾਂ ਡਿਫੈਕਟਰ ਨਹੀਂ ਇਹ ਦੁਨੀਆ ਪਾਰਟੀਆਂ ਚੋਂ ਆਏ ਆ ਨਾ ਕਾਂਗਰਸ ਦਾ ਕਲਚਰ ਇਹਨਾਂ ਨੂੰ ਪਤਾ ਹੈ ਇਹ ਮੈਨੇਜ ਕਰਕੇ ਕੌੜਾ ਪਤੀ ਨੇ ਅਮੀਰ ਨੇ ਇਸ ਲਈ ਇਹ ਇੱਕ ਇਹ ਰੱਜੀ ਮਜਬੂਰੀ ਹੈ ਔਰ ਮਾਫੀਆ ਹੋ ਸਕਦਾ ਹੈ ਇਹਨਾਂ ਦੀ ਮਿਲੀ ਭਖਤ ਹੋਵੇ ਉਹਦੇ ਤੇ ਪਰਦਾ ਪਾਉਣ ਲਈ ਪਾਉਣ ਲਈ ਇਹ ਸਾਡੇ ਖਿਲਾਫ ਬੋਲਦੇ ਨੇ ਔਰ ਜਿੱਥੇ ਤਾਂ ਸੁਨੀਲ ਜਾਖੜ ਦਾ ਸਵਾਲ ਹੈ ਐਜ ਪ੍ਰੈਜ਼ੀਡੈਂਟ ਉਹਦਾ ਤਲਮ ਬੜਦਾ ਸੀ ਜੀ ਪੰਜਾਬ ਚ ਜ਼ਹਿਰ बिक ਰਹੀ ਹੈ ਸ਼ਰਾਬ बिक ਰਹੀ ਹੈ ਨਸ਼ੇ ਮਿਲ ਰਹੇ ਨੇ ਉਹ ਉਹ ਵਜਾਇ ਸਾਨੂੰ ਨੋਟਿਸ ਦਿਵਾਉਣ ਦੀ ਵਜਾਇ ਉਹ ਭੁਖਵੰਤ ਜੀ ਨਾ ਮੀਟ ਕਾ ਕਰਦਾ ਇਹਨਾਂ ਮਾਫੀਆ ਜਿਹੜਾ ਰਾਜ ਹੈ ਮਾਫੀਆ ਜਿਹੜਾ ਸਾਡੇ ਪੋਲੀਟਿਕਲ ਲੋਕ ਆਗੂ ਮਿਲੇ ਹੋਏ ਨੇ ਉਹ ਉਹਨਾਂ ਨੂੰ ਸਮਝਾਉਦਾ ਇਹ ਤਾਂ ਅਸੀਂ ਆਪਣਾ ਤਲਬ ਨਿਵਾ ਰਹੇ ਆ ਸਰ ਤੁਸੀਂ ਕਹਿ ਰਹੇ ਹੋ ਕਿ ਅੱਧੀ ਕੈਬਨਿਟ ਹੈ ਜਿਹੜੀ ਡਿਫੈਕਟਡ ਹੈ ਇਹੀ ਸ਼ਬਦ ਵਰਤ ਰਹੇ ਹੋ ਤੁਸੀਂ ਹਾਂ ਜੀ ਤੁਸੀਂ ਤਾਂ ਕਹਿ ਰਹੇ ਹੋ ਕਿ ਉਹ ਦੂਜੀਆਂ ਪਾਰਟੀਆਂ ਚੋਂ ਆਏ ਹੋਏ ਨੇ ਹਾਂ ਤੇ ਫਿਰ ਕੈਪਟਨ ਸਾਹਿਬ ਵੀ ਦੂਜੀ ਪਾਰਟੀ ਤੋਂ ਆਏ ਹੋਏ ਆ ਦੂਲੋ ਸਾਹਿਬ ਏ ਵੀ ਵੀ ਦੂਜਾ ਪਾਰ ਇਸ ਚਾਰ ਪੰਜ ਅਕਾਲੀ ਦਲ ਅਕਾਲੀ ਦਲ ਵਸਣ ਕੇ ਚੀਫ ਮਨਿਸਟਰ ਬਣੇ ਨੇ ਸਤਿ ਸ੍ਰੀ ਅਕਾਲ ਕੈਪਟਨ ਸਾਹਿਬ ਨੂੰ ਸੀਐਮ ਦੀ ਚੇਅਰ ਤੋਂ ਲੋਣਾ ਚਾਹੁੰਦੇ ਹੋ ਕੀ ਤੁਹਾਡਾ ਮਕਸਦ ਹੈ ਕੀ ਹੈ ਸਰ ਨਹੀਂ ਸਾਡਾ ਕੋਈ ਚੇਅਰ ਦਾ ਮਸਲਾ ਨਹੀਂ ਅਸੀਂ ਕਹਿੰਦੇ ਆ ਪੰਜਾਬ ਤੇ ਜਿਹੜਾ ਇਹ ਲਾਲ ਰੰਡਾ ਸਹਿਫਾ ਵੀ ਹੈ ਰਾਜ ਕਰਨ ਚੰਗੀ ਚਲਾ ਕਰਨ ਪਰ ਜਿਹੜਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕਰਕੇ ਵੋਟਾਂ ਪਾਈਆਂ 77 ਸੀਟਾਂ ਦੁਆਈਆਂ ਮੁੱਖ ਮੰਤਰੀ ਬਣੇ ਨੇ ਉਹ ਲੋਕਾਂ ਦਾ ਵਿਸ਼ਵਾਸ ਘਾਤਣਾ ਕਰਨ ਫਿਰ ਬਾਈਬਾ ਸਾਹਿਬ ਤੇ ਤੁਹਾਡਾ ਤੁਹਾਡੀ ਲਾਈਨ ਵੱਖੋ ਵੱਖਰੀ ਹੋ ਗਈ ਬਾਈਬਾ ਸਾਹਿਬ ਤੋਂ ਉਹਨਾਂ ਨੂੰ ਸੀਐਮ ਦੀ ਚੇਅਰ ਤੋਂ ਲਾਉਣਾ ਚਾਹੁੰਦੇ ਆ ਤੁਸੀਂ ਕਹਿੰਦੇ ਚੇਅਰ ਤੋਂ ਨਹੀਂ ਲਾਉਣਾ ਉਹਨਾਂ ਦਾ ਆਪ ਉਹਨਾਂ ਦੇਖੋ ਮੇਰੀ ਆਪਣੀ ਜ਼ਮੀਰ ਹੈ ਜੇ ਉਹਨਾਂ ਨੇ ਇਲੈਗਲ ਇਹ ਲੀਕੜ ਦਾ ਮਸਲਾ ਚੱਕਿਆ ਹੈ ਮੇਰੇ ਅਸੀਂ ਗਏ ਆ ਅਸੀਂ ਪੰਜਾਬ ਦੇ ਭਲੇ ਨਹੀਂ ਗਏ ਆ ਲੋਕ ਮਰ ਰਹੇ ਨੇ ਇਸ ਲਈ ਸੀਐਮੱਖਾ ਮਿੱਚੀ ਬੈਠਾ ਔਰ 7 ਦਿਨ ਹੋ ਗਏ ਅੱਜ ਗਏ ਨੇ ਕਿਉਂ ਨਹੀਂ ਗਏ ਪਹਿਲਾਂ ਸਮਗਲਾਂ ਨੂੰ ਕਿਉਂ ਨਹੀਂ ਫੜਿਆ ਜੇ ਫੜੇ ਹੁੰਦੇ ਤਾਂ ਇਹ ਬੰਦੇ ਨਾ ਮਰਦੇ ਸਰ اخਲਾਕੀ ਤੌਰ ਤੇ ਤੁਹਾਡਾ ਵੀ ਜਾਣਾ ਬੰਦਦਾ ਸੀ ਤੁਸੀਂ ਸਾਬਕਾ ਪ੍ਰਧਾਨ ਤੁਸੀਂ ਗਏ ਕਿਤੇ ਕੌਣ ਜੀ ਤੁਸੀਂ ਖੁਦ ਦੁੱਲੋ ਸਾਹਿਬ ਬਟਾਲਾ ਅੰਮ੍ਰਿਤਸਰ ਅਸੀਂ ਰਜਿਸਟਰ ਅਸੀਂ ਅਸੀਂ ਰਜਿਸਟਰ ਠਾਈ ਹੈ ਇਹ ਸਾਰੇ ਇਹ ਲੀਕਰਸ ਆਏ ਸਾਬ ਬੰਦੇ ਬਾਹਰ ਚ ਮਰੇ ਨੇ ਮੈਂ ਤਾਂ ਪਹਿਲਾ ਤੋਂ ਮੈਂ ਤਾਂ ਪਿਛਲੇ ਸਾਲ ਤੋਂ ਲੱਗਿਆ ਹੋਇਆ ਇਸ ਕੰਮ ਚ ਤੁਹਾਨੂੰ ਸਾਬ ਤੁਸੀਂ ਇਹ ਕੈਪਟਨ ਸਾਹਿਬ ਨੂੰ ਸੀਐਮ ਤਾਂ ਦੇਖਣਾ ਚਾਹੁੰਦੇ ਹੋ ਕਿ ਉਹ ਬਦਲਣਾ ਚਾਹੁੰਦੇ ਹੋ ਮੈਂ ਦੁਬਾਰਾ ਫਿਰ ਪੁੱਛ ਰਿਹਾ ਸੀਐਮ ਸਾਹਿਬ ਸੀਐਮ ਸਾਹਿਬ ਸੋਨੀਆ ਗਾਦੀ ਦੇ ਬਣਾਇਆ ਸੋਨੀਆ ਗਾਦੀ ਸਾਡੀ ਲੀਡਰ ਹੈ ਉਹਨੇ ਜੋ ਆਦੇਸ਼ ਆ ਸੀ ਮੰਨ ਲਿਆ ਪਰ ਜਿਹੜਾ ਪੰਜਾਬ ਚ ਕਾਂਗਰਸ ਨੂੰ ਬਚਾਉਣ ਲਈ ਕਾਂਗਰਸ ਦੀ ਸ਼ਾਖ ਡਿੱਗ ਰਹੀ ਹੈ ਸੋਨੀਆ ਗਾਂਧੀ ਨੂੰ ਵੀ ਕਿਹਾ ਹੈ ਕਿ ਜੇ ਭਾਈ ਚ ਅਸੀਂ ਆਉਣਾ ਹੈ ਤਾਂ ਪੰਜਾਬ ਚ ਚੰਗਾ ਐਡਮਿਨਿਸਟ੍ਰੇਸ਼ਨ ਦਈਏ ਸਰ 2022 ਲਈ ਕਿਹੜਾ ਫੇਸ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਦੂਲੂ ਸਾਹਿਬ ਦੂਲੂ ਸਾਹਿਬ ਖੁਦ ਹੋਣੇ ਚਾਹੀਦੇ ਕਾਂਗਰਸ ਪਾਰਟੀ ਨੇ ਦੇਖਣਾ ਦੂਲੂ ਸਾਹਿਬ ਖੁਦ ਹੋਣੇ ਚਾਹੀਦੇ ਆ ਮੈਂ ਜਿਹੜੀ ਗੱਲ ਕਰਦਾ ਐ ਤਾਂ ਕਾਂਗਰਸ ਪਾਰਟੀ ਫੈਸਲਾ ਕਰਦੀ ਆ ਨਹੀਂ ਦੂਲਤ ਸਾਹਿਬ ਦਾ ਦਿਲ ਕਰਦਾ ਕਿ ਉਹ ਖੁਦ ਸੀਐਮ ਦਾ ਫੇਸ ਹੋਣ ਨਹੀਂ ਮੈਂ ਤਾਂ ਇੱਕ ਵਰਕਰ ਐ ਮੈਂ ਤਾਂ ਕਦੇ ਨਹੀਂ ਮੰਗ ਰੱਖੀ ਮੈਂ ਉਹਦੇ ਮਗਰ ਨਹੀਂ ਜੇ ਆਫਿਸ ਲੈਣਾ ਹੋਵੇ ਮੈਂ ਲੋਕਲ ਮੈਂ ਵੀ ਮੈਂ ਵੀ ਚਮਚਾ ਬਣ ਜਮਾ ਆ ਜਿਵੇਂ ਬਜੀ ਚਮਚਾਕਰੀ ਕਰਕੇ ਇਹ ਇਹ ਜਿਹੜੇ ਮੰਤਰੀ ਦੇ ਸੰਤਰੀ ਬਣ ਕੇ ਕੰਮ ਕਰਦੇ ਨੇ ਇਹਨਾਂ ਦੀ ਜ਼ਮੀਰ ਮਰ ਚੁੱਕੀ ਐ ਦੁਲਬਾਹ ਜਿਹੜਾ ਗਵਰਨਰ ਹਾਊਸ ਦੇ ਵਿੱਚ ਅਕਾਲੀ ਧਰਨਾ ਦੇ ਰਿਹਾ ਤੁਸੀਂ ਵੀ ਗਵਰਨਰ ਹਾਊਸ ਤੱਕ ਜਾਏ ਹੋ ਆਮ ਆਦੀ ਪਾਰਟੀ ਮੋਰਚੇ ਖੋਲੀ ਬੈਠੀ ਹੈ ਸਰ ਤੁਸੀਂ ਉਹਨਾਂ ਦੇ ਪ੍ਰੋਟੈਸਟ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਅਕਾਲੀ ਦਲ ਦਾ ਪ੍ਰੋਟੈਸਟ ਹੈ ਜਿਹੜਾ ਉਹ ਅਕਾਲੀ ਦਲ ਦਾ ਪ੍ਰੋਟੈਸਟ ਹੈ ਤੁਹਾਡੀ ਪਾਰਟੀ ਕਹਿ ਰਹੀ ਹੈ ਸਰ ਸਵਾਲ ਸੋਲੋ ਤੁਹਾਡੀ ਪਾਰਟੀ ਕਹਿ ਰਹੀ ਹੈ ਕਿ ਮਗਰਮਾਹ ਦੇ ਹੰਝੂ ਵਹਾ ਰਹੇ ਹੈ ਤੇਪੀ ਜੀ ਜੀ ਅਸੀਂ ਗਵਰਨਰ ਕੋ ਤਾਂ ਗਏ ਆ ਜਦੋਂ ਸੀਐਮ ਨੇ ਸਾਨੂੰ ਅਕਨੋਲਡਜ ਨਹੀਂ ਕੀਤਾ ਕਿਉਂਕਿ ਮੈਂ ਇਹਨਾਂ ਦੀ ਮੈਂ ਇਹਨਾਂ ਵੱਲ ਸਹਿਮ ਨਹੀਂ ਦਿੰਦਾ ਕਹਿੰਦਾ ਅਸੀਂ ਤਾਂ ਗਏ ਆ ਪੰਜਾਬ ਨੂੰ ਬਚਾਉਣ ਲਈ ਪੰਜਾਬ ਤੇ ਜ਼ਹਿਰ बिक ਰਹੀ ਆ ਉਹਨੂੰ ਰੋਕਣ ਲਈ ਸਰ ਮੈਂ ਸਵਾਲ ਕਰ ਰਿਹਾ ਸੀਗਾ ਤੁਹਾਡੀ ਪਾਰਟੀ ਕਹਿ ਰਹੀ ਹੈ ਕਿ ਸ਼ਰਮਣੀ ਅਕਾਲੀ ਦਲ ਮਗਰਮਚ ਤੇ ਹੰਝੂ ਵਹਾ ਰਿਹਾ ਇਸ ਮੁੱਦੇ ਤੇ ਪ੍ਰੋਟੈਸਟ ਕਰਕੇ ਤੁਸੀਂ ਕੀ ਕਹਿੰਦੇ ਹੋ ਦੇਖੋ ਡੈਮੋਕ੍ਰੇਸੀ ਚ ਹਰ ਬੰਦੇ ਨੂੰ ਹੱਕ ਹੈ ਹਮ ਹਰ ਪਾਰਟੀ ਨੂੰ ਹੱਕ ਹੈ ਧਰਨੇ ਦੇਣਾ ਪਰ ਸਾ ਅਸੀਂ ਵੀ ਕਰਦੇ ਰਹੇ ਆ ਜਦੋਂ ਅਸੀਂ ਆਪੋਜੀਸ਼ਨ ਚ ਰਹੇ ਆ ਅਸੀਂ ਇਹ ਅਕਾਲੀਆਂ ਨੂੰ ਅਕਾਲੀ ਲੀਡਰਾਂ ਨੂੰ ਮਾਫੀਆ ਕਹਿੰਦੇ ਸੀ ਜੀ ਜਿਹੜੇ ਨਾਲ ਸਾਨੂੰ ਦਿੱਤਾ ਬਾਫੀ ਇਹਦੇ ਖਿਲਾਫ ਦਿੱਤਾ ਲੋਕਾਂ ਨੇ ਅਸੀਂ ਕਹਿ ਰਿਹਾ ਉਹੀ ਕਾਬੂ ਸਾਡੇ ਅਸੀਂ ਨਾ ਕਰੀਏ ਤੁਸੀਂ ਅੱਜ ਵੀ ਇਹ ਕਹਿੰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਤੇ ਭਾਜਪਾ ਦੀ ਸਰਕਾਰ ਮਾਫੀਆ ਚਲਾਉਂਦੀ ਰਹੀ ਹੈ ਪੰਜਾਬ ਚ ਹੱਥ ਇਹ ਚਲਾਉਂਦੇ ਰਹੇ ਨੇ ਜੇ ਇਹ ਚਲਾਉਂਦੇ ਸੀ ਮਾਫੀ ਅਸੀਂ ਦਾ ਸਾਹੀ ਕਾਂਗਰਸ ਦੀ ਸਰਕਾਰ ਬਣੀ ਉਹੀ ਤਾਂ ਅਸੀਂ ਕੰਮ ਕਰ ਲਾਤੇ ਤੇ ਸਰ ਤੁਹਾਡੀ ਪਾਰਟੀ ਨੇ ਇਹਨੂੰ ਨੱਥ ਕਿਉਂ ਨਹੀਂ ਪਾਈ ਸਰ ਮੈਂ ਤਾਂ ਫਿਰ ਵਾਰ-ਵਾਰ ਉਹੀ ਜਾਨਣਾ ਚਾਹ ਰਿਹਾ ਕਿਉਂ ਨਹੀਂ ਨੱਥ ਪਾ ਸਕਦੇ ਇਹਦਾ ਜਵਾਬ ਤਾਂ ਇਹਦਾ ਜਵਾਬ ਮੁੱਖ ਮੰਤਰੀ ਸਾਹਿਬ ਤੋਂ ਲਓ ਤੇ ਤੁਹਾਨੂੰ ਕੀ ਲੱਗਦਾ ਦੁੱਲੋ ਸਾਹਿਬ ਵੀ ਕਿਉਂ ਨਹੀਂ ਨੱਥ ਪਾਈ ਜਾ ਸਕੀ ਫਿਰ ਮੈਂ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ ਦੁੱਲੋ ਸਾਹਿਬ ਤੁਸੀਂ ਅੱਜ ਖੁੱਲ ਕੇ ਨਹੀਂ ਬੋਲਦੇ ਪਏ ਬੜਾ ਡਿਪਲੋਮੈਟਿਕ ਚੱਲਦੇ ਪਏ ਹੋ ਦੁੱਲੋ ਸਾਹਿਬ ਮੋੱਖ ਮੰਤਰੀ ਸਾਹਿਬ ਜ਼ਿੰਮੇਵਾਰ ਨਹੀਂ ਉਹਨਾਂ ਦੀ ਕੀ ਮਜਬੂਰੀ ਹੈ ਕਿਹੜਾ ਪ੍ਰੈਸ਼ਰ ਹੈ ਕਿਉਂ ਨਹੀਂ ਐਕਸ਼ਨ ਲੈਂਦੇ ਕਿਉਂ ਜੇ ਐਕਸ਼ਨ ਲੈ ਲੈਂਦੇ ਬੰਦੇ ਦੀ ਜੀਤੀ ਮਰਦੇ ਸੋ ਤੁਹਾਡੇ ਨਾਲ ਕਾਂਗਰਸ ਚ ਹੋਰ ਕੋਣ ਖੜਾ ਸਰ ਉਹ ਪੁੱਛ ਰਿਹਾ ਤੁਹਾਡੇ ਨਾਲ ਕਿੰਨੇ ਐਮਐਲਏ ਕਹਿੰਦੇ ਕੋਈ ਨਹੀਂ ਹੈਗਾ ਕਹਿੰਦੇ ਦੂਦੂ ਸਾਹਿਬ ਤੇ ਬਾਵਾ ਸਾਹਿਬ ਪੱਲੇ ਹੀ ਆ ਬਸ ਇਹ ਤਾਂ ਮੇਰੀ ਆਪਣੀ ਜ਼ਮੀਰ ਬੋਲਦੀ ਆ ਮੈਂ ਐਮਐਲਏ ਮੈਂ ਉਹਨਾਂ ਦੀ ਆਪਣੀ ਜ਼ਮੀਰ ਆ ਮੈਂ ਪੀ ਆਂਦੀ ਆਪਣੀ ਜ਼ਮੀਰ ਹੈ ਮੇਰੀ ਆਪਣੀ ਜ਼ਮੀਰ ਹੈ ਚਲੋ ਇੱਕ ਹੋ ਛੋੜਾ ਬੰਦੂਆ ਮਜਬੂਰ ਨਹੀਂ ਹੈ ਠੀਕ ਹੈ ਅਦੁੱਲਾ ਸਾਹਿਬ ਇੱਕ ਹੋਰ ਛੋੜਾ ਬ੍ਰੇਕ ਲ ਲਵਾਂ ਮੈਂ ਬ੍ਰੇਕ ਤੋਂ ਵਾਪਸ ਆ ਕੇ ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਸ਼ਮਸ਼ੇਸ਼ ਅਦੁੱਲੋ ਦੇ ਦਿਲ ਵਿੱਚ ਕੀ ਆ ਸੀ ਸਾਰੇ ਸਵਾਲ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰ ਰਹੇ ਆ ਸ਼ਮਸ਼ੇਸ਼ ਅਦੁੱਲੋ ਕਿੰਨੇ ਜਵਾਬ ਦੇ ਰਿਹਾ ਤੇ ਕਿਸ ਤਰ੍ਹਾਂ ਦਾ ਜਵਾਬ ਦੇ ਰਿਹਾ ਇਹ ਤੁਹਾਡੇ ਸਾਹਮਣੇ ਆ ਵਾਪਸ ਆ ਕੇ ਹੋਰ ਸਵਾਲ ਪੁੱਛੂੰਗਾ ਜਰੂਰ ਸਰ ਤੁਸੀਂ ਕਹਿ ਰਹੇ ਹੋ ਕਿ ਪਿਛਲੀ ਸਰਕਾਰ ਦੇ ਵਿੱਚ ਮਾਫੀਆ ਚੱਲਦਾ ਰਿਹਾ ਇਸ ਕਰਕੇ ਤੁਹਾਡੀ ਸਰਕਾਰ ਆਈ ਤੁਹਾਡੀ ਪਾਰਟੀ ਦੀ ਆਈ ਫਿਰ ਤੁਸੀਂ ਸਾਰੇ ਮੁੱਦਾ ਇਹ ਵੀ ਚੱਕਦੇ ਰਹੇ ਈਡੀ ਵਾਲਾ ਮਾਮਲਾ ਵੀ ਤੁਸੀਂ ਚੱਕਦੇ ਰਹੇ ਜਿਹੜਾ ਸ਼੍ਰੋਮਣੀ ਕਾਲ ਦਾ ਤੁਸੀਂ ਕਨੈਕਸ਼ਨ ਡਰੱਗ ਦੇ ਨਾਲ ਜੋੜਦੇ ਤੁਸੀਂ ਉਹ ਵੀ ਸਵਾਲ ਵੀ ਚੱਕਦੇ ਰਹੇ ਸਰ ਕਦੇ ਉਹ ਮੁੱਦਾ ਲੈ ਕੇ ਤੁਸੀਂ ਗਵਰਨਰ ਹਾਊਸ ਗਏ ਹੋ ਕਦੇ ਦੇਖੋ ਗੱਲੇ ਆ ਅਸੀਂ ਅਸੀਂ ਪੰਜਾਬ ਦਾ ਮਸਲਾ ਡਰੱਗ ਦਾ ਮਸਲਾ ਰਾਜ ਸਭਾ ਚ ਸਰਵੰਜਾ ਸਰਸਾੜੀ ਕੁਐਸਚਨ ਦਿੱਤੇ ਨੇ ਪੰਜਾਬ ਦੇ ਦੇ আর 13 ਬਾਰ ਮੈਂ ਉਥੇ ਰਾਜ ਸਭਾ ਚ ਬੋਲਨੇ ਆ ਪੰਜਾਬ ਦੇ ਹਲਕਾ ਲਈ ਪੰਜਾਬ ਦੇ ਕਿਸਾਨਾਂ ਲਈ ਠੇਸ ਮਜ਼ਦੂਰ ਲਈ ਸ਼ੈਡਿਊਲ ਕਾਸਟਾ ਲਈ ਪੰਜਾਬ ਨੂੰ ਫਾਈਨੈਂਸ਼ੀਅਲ ਪਹੁੰਚ ਹੈਲਪ ਦੇ ਲਈ ਡਿਫਰਲ ਜੀ ਸ਼ੂ ਦੇ ਉੱਤੇ ਮੈਂ ਪਾਰਲੀਮੈਂਟ ਚ ਬੋਲਦਾ ਰਿਹਾ ਇਹ ਰਕਾਉਣ ਨੂੰ ਕੋਣ ਨੇ ਠੀਕ ਹੈ ਦੂਲਾ ਸਾਹਿਬ ਜੇ ਤੁਸੀਂ ਕਹਿ ਰਹੇ ਹੋ ਤਾਂ ਮੇਰਾ ਸਵਾਲ ਤਾਂ ਐਸੀ ਗਵਰਨਰ ਹਾਊਸ ਤੱਕ ਤੁਸੀਂ ਕਦੇ ਪਹੁੰਚ ਕੀਤੀ ਹੈ ਕਿਉਂਕਿ ਉਹਦੇ ਨਾਲ ਇਹ ਹੁੰਦਾ ਕਿ ਤੁਹਾਡੀ ਪਾਰਟੀ ਨੂੰ ਥੋੜੀ ਜੀ ਮਜਬੂਰੀ ਹੋ ਜਾਂਦੀ ਤੁਹਾਡੀ ਪਾਰਟੀ ਜਿਹੜੀ ਜ਼ਰੂਰੀ ਵੀ ਹੋ ਜਾਂਦਾ ਲੇਖੋ ਗਾਲੇ ਆਏ ਵੀ ਜਿਹੜਾ ਬੇਆਦਬੀ ਦਾ ਮਸਲਾ ਇਹਦੇ ਮੁੱਖ ਮੰਤਰੀ ਸਾਹਿਬ ਨੇ ਐਕਸ਼ਨ ਲੈਣਾ ਸੀ ਜਿਹੜਾ ਜਾਖਰ ਸਾਹਿਬ ਆਪ ਕਹਿੰਦੇ ਰਹੇ ਐ ਕਿ ਡਰਗ ਦਾ ਮਾਫੀ ਆਕਾਲੀ ਰਾਜਵੇ ਦੇ ਜਿਹੜੇ ਲੀਡਰ ਸੀ ਉਹਨਾਂ ਨੂੰ ਫੜੋ ਪਰ ਮੁੱਖ ਮੰਤਰੀ ਸਾਹਿਬ ਦੇ ਕਰਨਾ ਤੇ ਝੂਠ ਨਹੀਂ ਸਿਰ ਕੀ ਜਾਖਰ ਸਾਹਿਬ ਪੇਟਸਪੁਰ ਕਿਤੇ ਮਰ ਗਏ ਪਰ ਕੋਈ ਐਕਸ਼ਨ ਨਹੀਂ ਲਿਆ ਸੀ ਇਹਮਨੇ ਅੱਜ ਮੈਨੂੰ ਤਾਂ ਅਫਸੋਸ ਆ ਵੀ ਜਾਖਰ ਸਾਹਿਬ ਕੇ 2 ਸਾਲ ਚੁੱਪ ਰਹਿ ਕੇ ਹੁਣ ਬੋਲਣ ਲੱਗਦੇ ਨੇ ਉਹ ਵੀ ਮਾਫੀਆ ਦੇ ਹੱਕ ਚ ਸਰ ਆਮ ਆਦਮੀ ਪਾਰਟੀ ਨੇ ਵੀ ਇਹ ਮੁੱਦਾ ਚੁੱਕਿਆ ਸੀ ਉਸ ਦਿਨ ਮਾਫੀ ਮੰਗ ਲਈ ਦੇਖੋ ਉਹਨਾਂ ਦੀ ਆਪਣੀ ਗੱਲ ਹੈ ਆ ਪਾਰਟੀਆਂ ਦੀ ਆਮ ਆਦਮੀ ਆਕਾਲੀ ਉਹਨਾਂ ਦਾ ਆਪਣਾ ਅਜੰਡਾ ਹੈ ਤੁਸੀਂ ਸਰ ਅਕਾਲੀ ਦਲ ਦੇ ਖਿਲਾਫ ਬੋਲਣ ਤੋਂ ਕਤਰੋਨੇ ਕੋ ਪਈਓ ਤੁਲੂ ਸਾਹਿਬ ਅਸੀਂ ਤੇਪੀ ਸਾਹਿਬ ਮੈਂ ਬਿਆਨ ਸਿਕ ਨਾਲ ਜਨਰਲ ਸੈਕਟਰੀ ਰਿਹਾ ਹਾਂ ਜੀ ਔਰ ਅਕਾਲੀ ਦਲ ਦੇ ਇਹ ਤਾਂ ਜਿਹੜੇ ਆ ਆ ਜਿਹੜੇ ਮੰਤਰੀ ਆ ਜਿਹੜੇ ਮੰਤਰੀਅਤ ਦੇ ਸੰਤਰੀ ਨੇ ਇਹ ਤਾਂ ਹੋਣਾ ਇਹ ਨੇ ਮੈਂ 25 ਸਾਲ ਪੰਜਾਬ ਕਾਂਗਰਸ ਦਾ ਉਹਦੇ ਨਾਲ ਰਿਹਾ ਹਾਂ ਪਿੰਡ ਪਿੰਡ ਦੇ ਵਿੱਚ ਅਕਾਲੀਆਂ ਦੇ ਖਿਲਾਫ ਬੋਲਦੇ ਰਹੇ ਹਾਂ ਹੋਨੇ ਦੀ ਬੋਲਦੇ ਆ ਸੀ ਸਰ ਇੰਨੀਆਂ ਇੰਨੀਆਂ ਜਾਨਾ ਗਈਆਂ ਪੰਜਾਬ ਦੇ ਵਿੱਚ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਤੇ ਕੋਈ ਰੋਲ ਤੁਹਾਨੂੰ ਲੱਗਦਾ ਨਜ਼ਰ ਆਉਂਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਰੋਲ ਹੈਗਾ ਜਿੰਦੇ ਕਰਕੇ ਇੰਨੀਆਂ ਜਾਨਾਂ ਚਲੇ ਗਈਆਂ ਕੋਈ ਨੈਕਸਟ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਲੱਗਦਾ ਜਾਂ ਸਿਰਫ ਕਾਂਗਰਸੀ ਦੀ ਕਾਰਵਾਈ ਦੇ ਵਿੱਚ ਇਹ ਦੇ ਚੱਕ ਅਕਾਲੀ ਵੀ ਹੋ ਸਕਦਾ ਹੈ ਐਸੀ ਗੱਲ ਨਹੀਂ ਹੈ ਇਹ ਜਿਹੜੇ ਸਮਗਲਣ ਨੇ ਕਹਣਾ ਇਹ 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 ਕਾਲੀ ਕਾਂਗਰਸੀ ਇਹ ਬੌਂਕਾ ਪ੍ਰਸਤੁਤ ਨੇ ਨੇ ਇਹ ਪੋਲਿਟਿਕਲ ਫਿਲਟਰ ਹੈ ਇਹ ਅਕਾਲੀ ਕਾਂਗਰਸੀ ਰਲ ਕੇ ਵੀ ਕਾਰੋਬਾਰ ਕਰ ਲੈਂਦੇ ਨੇ ਐਸੀ ਗੱਲ ਨਹੀਂ ਹੈ ਕੈਪਟਨ ਸਾਹਿਬ ਨਾਲ ਲਾਸਟ ਤੁਹਾਡੀ ਮੁਲਾਕਾਤ ਕਦੋਂ ਹੋਈ ਸੀ ਦੁੱਲੂ ਸਾਹਿਬ 19 ਜਨਵਰੀ ਨੂੰ ਉਹਨੇ ਜਨਵਰੀ ਤੋਂ ਬਾਅਦ ਹੁਣ ਤੱਕ ਨਹੀਂ ਮਿਲੇ ਅਬਾ ਤੋਂ ਟੀਵੀ 'ਚ ਦੇਖ ਲਈਦਾ ਉਹਨਾਂ ਨੂੰ ਤੇ ਜੇ ਹੁਣ ਕੈਪਟਨ ਸਾਹਿਬ ਤੁਹਾਨੂੰ ਸੁਣਦੇ ਹੋਣ ਇਸ ਵੇਲੇ ਕੈਪਟਨ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਸੁਣਦੇ ਪਏ ਤੁਹਾਨੂੰ ਨਹੀਂ ਮੈਂ ਤਾਂ ਕੈਪਟਨ ਸਾਹਿਬ ਨੇ ਯਾਦ ਕਰਾਉਣਾ ਹੈ ਕਿ 17 ਦੇ ਇਲੈਕਸ਼ਨਾਂ ਤੋਂ ਪਹਿਲਾਂ ਕੈਪਟਨ ਸਾਹਿਬ ਦਮਦਮਾ ਸਾਹਿਬ ਦੀ ਪਵਿੱਤਰ ਧਾਰਤੀ ਦੇ ਉੱਤੇ ਗੁਰੂਕਾਲ ਸਾਹਿਬ ਹੱਥ ਚਾੱਕ ਕੇ ਜਿਹੜੀਆਂ ਸਹੌਂ ਕਸਦੀ ਹੈ ਲੋਕਾਂ ਨਾਲ ਵਾਅਦੇ ਕੀਤੇ ਐ ਕਿਰਪਾ ਕਰਕੇ ਹੁਣ ਵੀ 1.5 ਸਾਲ ਹੈਗਾ ਆਪਣੇ ਇਹ ਆਪਣੇ ਆਪਣੇ ਕੰਮਕਾਰ ਨੂੰ ਚੇਂਜ ਕਰੋ ਪੰਜਾਬ ਦੇ ਵੱਲ ਧਿਆਨ ਦਿਓ ਔਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਦੇ ਇਹ ਪੂਰੇ ਕਰੋ ਇਹ ਮੈਂ ਤੁਹਾਡੇ ਲਈ ਬੇਨਤੀ ਕਰਾਂਗਾ ਦุล ਸਭ ਕੈਪਟਨ ਸਾਹਿਬ ਦੇ ਨਾਲ ਤੁਹਾਡਾ ਕੋਈ ਨਿੱਜੀ ਵਖਰੇਵਾ ਤਾਂ ਨਹੀਂ ਹੈਗਾ ਮੈਂ ਫਿਰ ਸਵਾਲ ਕਰ ਰਿਹਾ ਸਰ ਨਹੀਂ ਨਹੀਂ ਮੇਰਾ ਕੀ ਹੈ ਮੈਂ ਸਤਕਾਰਯੋਗ ਨਹੀਂ ਉਹ ਰਾਜਾ ਮੈਂ ਰੰਕ ਹੈ ਮੇਰੀ ਕਾਜੀ ਲੜਾਈ ਹੈ ਸਰ ਇੱਕ ਤੁਸੀਂ ਉਹਨ ਯੂਥ ਕਾਂਗਰਸ ਤੁਹਾਡੇ ਖਿਲਾਫ ਉਹਨਾਂ ਨੇ ਲਾਤੀ ਉਹ ਪ੍ਰੋਟੈਸਟ ਕਰਨ ਆਏ ਸੀ ਤੁਹਾਡੇ ਘਰ ਦੇ ਬਾਹਰ ਲੀ ਮਾਜੀ ਆਇਆ ਗਿਆ ਉਹਨਾਂ ਨੂੰ ਉਹਨਾਂ ਨੂੰ ਇਹ ਵੀ ਕਿਹਾ ਹੈ ਵੀ ਪਾਈ ਤੁਸੀਂ ਸਮਗਰ ਨਾਲ ਦੇ ਨਾਲ ਤੁਸੀਂ ਮਾਫੀਆ ਦੇ ਨਾਲ ਆ ਤਾਂ ਆਡਾ ਕਾਲ ਪ੍ਰਧਾਨ ਸੀਐਮ ਨੂੰ ਮਿਲਣ ਗਿਆ ਸਾਰੇ ਦਾ ਸਾਰੀ ਦਿਹਾੜੀ ਬੈਠਾ ਰਿਹਾ ਉਹ ਵਿਚਾਰਾ ਉੱਥੇ ਧਰਨ ਦਿੰਦਾ ਰਿਹਾ ਤੁਸੀਂ ਮੇਰੇ ਘਰੋਂ ਤੁਰਿਆ ਮਿਲਦੇ ਕਿਉਂ ਨਹੀਂ ਮੁਖਤਰੀ ਨਾਲ ਦੁੱਲ ਸਰ ਮੁੱਖ ਮੰਤਰੀ ਸਾਹਿਬ ਮਿਲਦੇ ਕਿਉਂ ਨਹੀਂਗੇ ਇਹ ਤਾਂ ਉਹੀ ਦੱਸ ਸਕਦੇ ਨੇ ਤਾਂ ਲੱਗਦਾ ਉਹਨਾਂ ਨੂੰ ਕੋਈ ਅਸੀਂ ਤਾਂ ਲੋਕਾਂ ਚ ਰਹਿੰਦੇ ਆ ਉਹਨਾਂ ਨੂੰ ਕੋਈ ਰੋਕਦਾ ਪਿਆ ਮਿਲਣ ਤੋਂ ਤੇ ਕੋਈ ਤੁਸੀਂ ਵੀ ਜਾਣੀ ਜਾਣੋ ਉਹਨਾਂ ਨੂੰ ਪਤਾ ਉਹਨਾਂ ਦੀ ਆਪਣੀ ਮੁੱਖ ਮੰਤਰੀ ਦੇਖੋ ਮੈਂ ਅੱਜ ਫੇਰ ਕਹਿਣਾ ਤੁਹਾਡੀ ਰਾਏ ਜਿਹੜਾ ਮੁੱਖ ਮੰਤਰੀ ਹੁੰਦਾ ਹੈ ਡੈਮੋਕ੍ਰੇਸੀ ਦੇ ਵਿੱਚ ਉਹ ਲੋਕਾਂ ਦਾ ਵਿਸ਼ਵਾਸ ਪਾਤਰ ਹੁੰਦਾ ਹੈ ਲੋਕਾਂ ਨੇ ਵਿਸ਼ਵਾਸ ਕੀਤਾ ਹੈ ਪਰ ਅਫਸੋਸ ਹੈ ਕਿ ਸਾਡੇ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਇਹ ਮੁੱਖ ਮੰਤਰੀ ਦੇ ਤੌਰ ਤੇ ਕੰਮ ਨਹੀਂ ਕਰਦੇ ਇਹ ਫਿਊਜ਼ਨ ਕਦੇ ਤੌਰ ਤੇ ਕੰਮ ਕਰਦੇ ਤੇ ਜੇ ਮੁੱਖ ਮੰਤਰੀ ਨਹੀਂ ਮਿਲਦੇ ਸੁਨੀਲ ਜਾਖੜਾ ਨੂੰ ਮਿਲਣ ਦੇ ਕਿ ਨਹੀਂ ਮਿਲਣਾ ਚਾਹੁੰਦੇ ਸੁਨੀਲ ਜਾਖੜ ਨੂੰ ਲੋਕੋ ਸੁਨੀਲ ਕਾਣੋਂ ਤੁਸੀਂ ਮਿਲਣ ਦੇਣਾ ਸੁਨੀਲ ਜਾਖੜ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਪੁੱਛੋ ਕਾਂਗਰਸ ਦਾਫਰ ਚ ਇਸ ਕੌ ਕਾਉਂ ਬੋਲਦੇ ਨੇ ਕਾਉਂ ਕਦੇ ਮੀਟਿੰਗ ਲਈ ਹੋਈ ਕਦੇ ਜਿਲ੍ਹਾ ਦੀ ਕਦੇ ਪਰਦੇਸ ਦੀ 2 ਸਾਲਾਂ ਦੇ ਵਿੱਚ ਕੈਪਟਨ ਲਾਈਕ ਕੈਪਟਨ ਲਾਈਕ ਉਹ ਆਸਦੀ ਉਹ ਕਾਂਗਰਸ ਦੇ ਜ਼ਫਤਰ ਬੈਠਾ ਹੈ ਇਹ ਸਰ ਸਾਰੀਆਂ ਗੱਲਾਂ ਤੁਸੀਂ ਹਾਈ ਕਮਾਂਡ ਨੂੰ ਦੱਸੀਆਂ ਹਾਈ ਕਮਾਂਡ ਦੇ ਨੋਟਿਸ ਤੇ ਲੈ ਆਂਦੀ ਜਾਂ ਗਾਹੇ-ਬਗਾਹੇ ਤੇ ਜੇ ਹਾਈ ਕਮਾਂਡ ਨੇ ਤੁਹਾਡੇ ਤੋਂ ਤੁਹਾਨੂੰ ਕੋਈ ਨੋਟਿਸ ਦੇਤਾ ਫਿਰ ਹੋਂ ਦਾ ਕੀ ਜਵਾਬ ਦੋਗੇ ਵੀ ਤੁਸੀਂ ਪਾਰਟੀ ਦੇ ਵਿਰੁੱਧ ਬਗਾਵਤ ਕਰਦੇ ਪਿਓ ਮੇਰੇ ਨਾਲ ਦਿਖੋ ਹਾਈ ਕਮਾਂਡਰ ਇਹ ਬਕਾਬਤ ਨਹੀਂ ਹੈ ਸਮਗਰਾਂ ਦੇ ਖਿਲਾਫ ਬੋਲਣਾ ਮਾਫੀਆ ਦੇ ਖਿਲਾਫ ਬੋਲਣਾ ਕਿਆ ਕਾਂਗਰਸ ਚਾਹੁੰਦੀ ਹੈ ਵੀ ਪੰਜਾਬ ਚ ਸਮਗਲਿੰਗ ਹੋਵੇ ਪੰਜਾਬ ਦੇ ਨਸ਼ੇ ਵੇਚਣ ਪੰਜਾਬ ਤੇ ਜੇ ਸਰਕਾਰ ਸਟੇਟ ਹੁੰਦੀ ਸਾ ਬੰਦੇ ਨਾ ਮਰਦੇ ਅਸੀਂ ਸੋਨੀਆ ਗਾਂਧੀ ਨੂੰ ਵੀ ਜਵਾਬ ਦੇ ਆਂ ਪੰਜਾਬ ਦੇ ਲੋਕਾਂ ਨੂੰ ਵੀ ਜਵਾਬ ਦੇ ਆਂ ਤੁਲਬ ਸਾਬ ਕਿਤੇ ਤਨਕੇ ਪ੍ਰਤਾਰ ਸੇ ਬਾਜਵਾ ਤੁਹਾਡੇ ਸਹਾਰੇ ਆਪ ਦੇ ਮਫਾਦ ਪੂਰੇ ਜਾਣਗੇ ਦੇਖੋ ਗੱਲਿਆ ਇਸ਼ੂ ਆ ਵੇਰਾ ਪ੍ਰਸਾਪ આજ ਵੀ ਨਾ ਕੋਈ ਇਸ਼ੂ ਤੇ ਡਿਫਰੈਂਸ ਵੀ ਆ ਡਿਫਰੈਂਸ ਹੋ ਸਕਦਾ ਉਹਨੇ ਇਹ ਕਰਦਾ ਸਵਾਲ ਮੈਂ ਉਠਾਇਆ ਆਏ ਨਹੀਂ ਉਹ ਉਹਨੇ ਮੇਰਾ ਸਾਥ ਦਾ ਜਿਹੜੇ ਵੀ ਲੀਡਰ ਸਭਾ ਕੋਈ ਲੀ ਕਰ ਦੇ ਕੋਈ ਆਵਾਜ਼ ਚਾਉਣਗੇ ਚੰਗੀ ਗੱਲ ਆਉਣ ਵੈਲਕਮ ਆ ਤੁਹਾਨੂੰ ਇੱਕ ਆਖਰੀ ਸਵਾਲ ਜਮੀਰ ਨੂੰ ਜਗਾਓ ਠੀਕ ਹੈ ਇਹ ਮੈਂ ਐਮਐਲਏ ਨੂੰ ਕਾਂਗਾ ਪੰਜਾਬ ਦੇ ਅਹੁਦੇਦਾਰਾਂ ਨੂੰ ਕਾਂਗਾ ਇਹ ਜ਼ਮੀਰ ਜ਼ਮੀਨ ਨੂੰ ਜਗਾਓ ਸਮਾਗਨਾ ਦੇ ਖਿਲਾਫ ਬੋਲੋ ਤੁਹਾਨੂੰ ਸਭ ਇੱਕ ਆਖਰੀ ਸਵਾਲ ਕਰਨਾ ਚਾਹੁੰਗਾ ਤੁਹਾਨੂੰ ਜਦੋਂ ਅਗਲੀ ਵਾਰੀ ਮੈਂ ਤੁਹਾਡਾ ਇੰਟਰਵਿਊ ਕਰੂੰਗਾ ਸਰ ਬਤੌਰ ਕਾਂਗਰਸੀ ਆਗੂ ਹੀ ਕਰੂੰਗਾ ਜੀ ਮੈਨੂੰ ਤਾਂ ਕੋਈ ਜ਼ਰੂਰਤ ਨਹੀਂ ਕਰ ਸਕਦਾ ਦੂਸਰੀ ਪਾਰਟੀ ਦਾ ਬੰਦਾ ਗੱਲ ਕਰ ਲਈ ਇਹ ਕਾਂਗਰਸ ਬਣਾਈ ਹੋਈ ਸਾਡੀ ਹੈ ਅਫਸਾ ਅਫਸੋਸ ਰਾਜ ਉਹ ਕਰਦੇ ਨੇ ਜਿਹੜੇ ਕਾਂਗਰਸੀ ਇਹਨੂੰ ਮਾਰਦੇ ਰਹੇ ਨੇ ਅਤਵਾਦੀਆਂ ਨਾਲ ਮਿਲੇ ਹੋਏ ਸੀ ਅੱਦੇ ਅੱਦੇ ਬਜੀਤਾ ਦਲਬਦਲ ਨੂੰ ਨੇ ਐਮ ਐਂ ਜਿਹੜੇ ਐਮ ਐਲ ਏ ਉਹ ਦੂਜੀਆਂ ਪਾਰਟੀਆਂ ਚੋਂ ਆਏ ਨੇ ਕਾਂਗਰਸ ਦਾ 3 ਨੰਬਰ ਤੇ ਆ ਕਾਂਗਰਸੀ ਜਿਹੜੇ ਨੇ ਉਹ ਐਮ ਐਲ ਏ 3 ਨੰਬਰ ਤੇ ਨੇ ਇਹ ਡੈਫੈਕਟਰ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਨੇ ਚਲੋ ਦੂਲੋ ਸਾਹਿਬ ਬਹੁਤ ਧੰਨਵਾਦ ਵਕਤ ਦੇ ਨਹੀਂ ਆਪਣੇ ਕੋਲੇ ਹੁਣ ਤੁਹਾਡਾ ਅਸੀਂ ਬਹੁਤ ਜੀ ਸਾਹਿਬ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਯਾਦ ਕੀਤਾ ਚਲੋ ਬਹੁਤ ਬਹੁਤ ਧੰਨਵਾਦ ਦੂਲੋ ਸਾਹਿਬ ਤੁਸੀਂ ਇਹ ਮੁੱਦਾ ਚੱਕਿਆ ਅਸੀਂ ਸਵਾਲ ਕੀਤੇ ਸੀ ਸ਼ਮਸ਼ੇਸ਼ ਸਿੰਘ ਦੂਲੋਹਰਾਂ ਨੂੰ ਦੂਲੋ ਦੇ ਦਿਲ ਵਿੱਚ ਕੀ ਹੈਗਾ ਦਿਲ ਵਿੱਚ ਕੀ ਹੈ ਦਿਲ ਨੂੰ ਪੂਰੀ ਤਰੀਕੇ ਨਾਲ ਨਹੀਂ ਦੇਖਿਆ ਜਾ ਸਕਦਾਗਾ ਨਾ ਸਮਝਿਆ ਜਾ ਸਕਦਾ ਪਰ ਦੂਲੋ ਸਾਹਿਬ ਨੇ ਇਹ ਦੱਸ ਦਿੱਤਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਹਾਲਤ ਪਤਲੀ ਹੈ ਇਸ ਦਾ ਦਰਦ ਉਹਨਾਂ ਦੇ ਦਿਲ ਵਿੱਚ ਹੈਗਾ ਜਿਹੜੇ ਲੋਕ ਸ਼ਰਾਬ ਕਾਂਡ ਦੇ ਵਿੱਚ ਮਾਰੇ ਗਏ ਆ ਉਹਨਾਂ ਲੋਕਾਂ ਦਰਦ ਉਹਨਾਂ ਦਿਲ ਵਿੱਚ ਹੈਗਾ ਜਿਹੜਾ ਸਵਾਲ ਉਹਨਾਂ ਤੇ ਵਾਰ-ਵਾਰ ਕੀਤਾ ਜਾ ਰਿਹਾ ਕਿ ਉਹ ਕਿਸੇ ਪਿੱਛੇ ਲੱਗ ਕੇ ਤਾਂ ਨਹੀਂ ਸਭ ਕੁਝ ਕਰਦੇ ਪਏ ਉਹਨਾਂ ਨੇ ਇਸ ਦਾ ਜਵਾਬ ਦਿੱਤਾ ਕਿ ਮੈਂ ਫਾਊਂਡਰ ਮੈਂਬਰ ਆ ਕਾਂਗਰਸ ਦਾ ਕੈਪਟਨ ਰਣ ਸਿੰਘ ਬਾਰੇ ਉਹਨਾਂ ਨੇ ਕਿਹਾ ਕਿ ਮੈਂ ਉਹਨੂੰ ਰਿਸਪੈਕਟ ਕਰਦਾ ਪਰ ਕੈਪਟਨ ਰਣ ਸਿੰਘ ਨੂੰ ਮੁੱਖ ਮੰਤਰੀ ਵਾਂਗ ਕੰਮ ਕਰਨਾ ਚਾਹੀਦਾ ਹੈਗਾ ਇਹਨਾਂ ਸਵਾਲਾਂ ਦੇ ਜਵਾਬ ਉਹਨ ਕੈਪਟਨ ਬਰਿੰਦਰ ਸਿੰਘ ਤੇ ਸੁਨੀਲ ਜਾਖੜ ਹਰਾਂ ਨੇ ਦੇਣੇ ਆ ਪਰ ਸਵਾਲ ਇਹ ਹੈਗਾ ਕਿ ਹਾਈ ਕਮਾਂਡ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਹਾਈ ਕਮਾਂਡ ਸ਼ਮਸ਼ੇਰ ਸਿੰਘ ਦੂਲੋ ਤੇ ਪ੍ਰਤਾਪ ਸਿੰਘ ਬਾਜਵਾ ਹਰਾਂ ਦੇ ਪਿੱਛੇ ਖੜੀ ਆ ਜਾਂ ਕੈਪਟਨ ਮਨਜ ਸਿੰਘ ਤੇ ਉਹਨਾਂ ਦੀ ਕੈਬਨਟ ਦੇ ਪਿੱਛੇ ਖੜੀ ਆ ਪਰ ਇਹ ਸਾਰੀ ਸਿਆਸਤ ਦੇ ਵਿਚਾਲੇ ਸਵਾਲ ਇਹ ਹੈ ਕਿ ਪੰਜਾਬ ਦੇ ਨਾਲ ਕੌਣ ਖੜਾ ਹੈ ਬਹੁਤ ਧੰਨਵਾਦ